ਅੱਖੀਆਂ ਚਾਰ ਜਦੋਂ ਹੋਈਆਂ ਦਿਲ ਨਜ਼ਰਾਨਾ ਹੋ ਗਿਆ, ਸੋਹਣਾ ਯਾਰ ਜਦੋਂ ਤੱਕਿਆ ਰੱਬ ਦੀਵਾਨਾ ਹੋ ਗਿਆ, ਮੇਰਾ ਯਾਰ ਜਦੋਂ ਤੱਕਿਆ ਰੱਬ ਦੀਵਾਨਾ ਹੋ ਗਿਆ। ਜਲੰਧਰ ਵੀ ਸ਼ੂਟ ਕਰਨ ਗਏ ਸੀ, ਆਪਾਂ ਯਾਦ ਹੋਣਾ ਹੈ ਨਾ ਜੀ? ਬਿਲਕੁਲ ਬਿਲਕੁਲ, ਅਸੀਂ ਤਾਂ ਉਸ ਵੇਲੇ ਦੇ ਮਿੱਤਰਾਂ, ਅਸੀਂ ਸੁੱਤੇ ਪਏ ਇਹਨਾਂ ਦੇ ਮੋਟਰਸਾਈਕਲ ਤੇ ਬਹਿ ਜਾਈਦਾ ਸੀਗਾ, ਚਲੋ ਕਰੇ ਆਓ ਗਾਣੇ ਦੂਰਦਰਸ਼ਨ ਤੇ ਜਾਇਓ, ਗੱਡੀ ਜਾਂਦੀ ਹੈ ਛਲਾਂਗਾਂ ਮਾਰਦੀ। ਹਾਂਜੀ, ਤੁਹਾਡਾ ਪਹਿਲਾ ਗਾਣਾ ਸੀ ਔਰ ਉਸ ਟਾਈਮ ਦੇ ਹਿਸਾਬ ਨਾਲ ਮਕਬੂਲ ਸੀਗਾ, ਉਹ ਠੀਕ ਰਿਹਾ ਨਾ? ਹਾਂਜੀ, ਬਹੁਤ ਵਧੀਆ ਸੀ ਗਾਣਾ। ਹਾਂਜੀ, ਤੇ ਉਹਨੇ ਪੈਰ ਲਾ ਦਿੱਤੇ ਸੀਗੇ ਜੀ, ਫਿਰ ਗਾਣੇ ਤਾਂ ਬਹੁਤ ਆਏ ਬਾਅਦ ਦੇ ਵਿੱਚ ਵੀ, ਗੱਡੀ ਜਾਂਦੀ ਹੈ ਛਲਾਂਗਾਂ ਮਾਰਦੀ, ਉਹਦੇ ਵਿੱਚ ਝੂਮਰ ਸੀਗਾ, ਸਾਹਮਣੇ ਨਾ ਬੈਠ ਮੁੰਡਿਆ ਵੀ ਮੇਰਾ ਮਾਰਿਆ ਗਲੋਟਾ ਜਾਵੇ, ਫਿਰ ਦੋ ਸ਼ੌਕ ਮਿੱਤਰਾਂ ਦੇ ਡਾਂਗ ਚੁੱਕਣੀ ਅਤੇ ਮੁੱਛ ਖੁੰਡੀ ਰੱਖਣੀ, ਇੱਦਾਂ ਹੈ ਨਾ? ਸਿੱਧੂ ਬਾਈ ਆਪਣਾ ਬੜਾ ਪਿਆਰਾ ਵੀਰ ਹੈ ਮੇਰਾ, ਹੈ ਨਾ? ਇਹਨਾਂ ਕਰਕੇ ਦੁਬਾਰਾ ਆਏ ਹਾਂ ਇੰਡਸਟਰੀ ਵੱਲੋਂ, ਗੁਰਜੀਤ ਮਾਲ ਹੋਇਆ, ਵੀਰ ਮੇਰਾ ਸਿੱਧੂ ਹੋਇਆ, ਅਤੇ ਸ਼ਰਨਜੀਤ ਬੈਣ ਜੀ ਸਾਡੇ ਹਮੇਸ਼ਾ ਤੁਹਾਡੇ ਨਾਲ ਹੈ ਜੀ, ਤੇ ਤੁਹਾਡੇ ਗਾਣੇ ਤੋਂ ਸ਼ੁਰੂ ਕਿਉਂ ਨਾ ਕਰਾਂ ਜਿਹੜਾ ਪਹਿਲਾਂ ਗਾਇਆ ਹੋਇਆ। ਉਹਦੇ ਆਉਣ ਦੀ ਤੇ ਆਸ ਮੁਕਾ ਛੱਡੀਏ, ਜਿੰਦ ਹਿਜ਼ਰਾਂ ਦੇ ਬਸ ਪਾ ਛੱਡੀਏ, ਉਹ ਆਵੇ ਜਾ ਨਾ ਵਾਵੇ, ਆਵੇ ਜਾ ਨਾ ਵਾਵੇ, ਦੱਸ ਕਿਹਦੇ ਤੇ ਗਿਲਾ, ਚੁੱਪ ਕਰ ਜਾ ਦਿਲਾ, ਤੂੰ ਐਵੇਂ ਰੋ ਨਾ ਦਿਲਾ, ਤੂੰ ਐਵੇਂ ਰੋ ਨਾ ਦਿਲਾ, ਉਹ ਪੱਥਰ ਦਿਲਾਂ ਦੇ ਤੂੰ ਕਿਉਂ ਬਣਿਆ ਏ ਮੋਮ, ਲੱਗੀ ਆਪਣੇ ਨੂੰ ਜਾਣੇ ਜਾਣੇ ਕਿਸੇ ਦੀ ਨੂੰ ਕੌਣ, ਜਾਣੇ ਕਿਸੇ ਦੀ ਨੂੰ ਕੌਣ, ਕਰ ਬੈਠੇ ਆਖੂ ਨਮੀ ਨੈਣ ਉਹਦੇ ਨਾ ਮਿਲਾ, ਚੁੱਪ ਕਰ ਜਾ ਦਿਲਾ, ਤੂੰ ਐਵੇਂ ਰੋ ਨਾ ਦਿਲਾ, ਤੂੰ ਐਵੇਂ ਰੋ ਨਾ, ਤੂੰ ਐਵੇਂ ਰੋ ਨਾ ਦਿਲਾ। ਇਹ ਸਾਡੇ ਬੈਂਸ ਸਾਹਿਬ ਦੀ ਕਲਮ ਤੋਂ ਹੈ, ਬਹੁਤ ਵਧੀਆ ਗਾਣਾ ਸੀ, ਥੈਂਕ ਯੂ, ਬੜੀ ਕਮਾਈ ਕੀਤੀ ਇਹਨਾਂ ਨਾਲ, ਅਸੀਂ ਮਹਿਫਲਾਂ 'ਚ ਬੜਾ ਗਾਇਆ, ਬਹੁਤ ਹੀ ਵਧੀਆ ਜੀ, ਬਹੁਤ ਵਧੀਆ ਲਿਖਿਆ। ਸ਼ੰਕਰ ਭਾਜੀ, 20-25 ਸਾਲ ਪਹਿਲਾਂ ਚਲੇ ਜਾਈਏ, ਪਿਛੋਕੜ 'ਚ ਆਪਾਂ ਚਲੇ ਜਾਈਏ, ਜਦੋਂ ਤੁਸੀਂ ਸਿੱਖਦੇ ਹੁੰਦੇ ਸੀ ਉਦੋਂ ਕੁਛ ਸਿੱਖ ਦਿਮਾਗ ਦੇ ਵਿੱਚ ਕਿ ਮੈਂ ਹਿੱਟ ਬਣਨਾ ਜਾਂ ਮੈਂ ਆਹ ਕਰਨਾ ਜਾਂ ਉਹ ਕਰਨਾ? ਦੇਖੋ ਜੀ, ਸੁਪਨਾ ਤਾਂ ਜ਼ਿੰਦਗੀ ਦੇ ਵਿੱਚ ਮੇਰਾ ਸਕੂਲ 'ਚੋਂ ਹੀ ਸੀਗਾ ਜੀ, ਜਦੋਂ ਮੈਂ 4th-5th 'ਚ ਪੜ੍ਹਦਾ ਸੀਗਾ ਜੀ, ਸਾਡੇ ਮਾਸਟਰ ਸੁਭਾਸ਼ ਜੀ ਸੀਗੇ ਸਾਨੂੰ ਪੜ੍ਹਾਉਂਦੇ ਪ੍ਰਾਇਮਰੀ ਸਕੂਲ 'ਚ ਜੀ, ਮੇਰੇ ਤੋਂ ਸਵਾਲ ਨਾ ਨਿਕਲਣਾ ਕੋਈ, ਜੇ ਮੈਂ ਸਕੂਲੇ ਨਾ ਜਾਣਾ
ਉਹਨਾਂ ਨੇ ਤਾਂ ਫਿਰ ਡੰਡੇ ਨਾਲ ਮੇਰੀ ਕਟਾਈ ਕਰ ਦੇਣੀ, ਨਹੀਂ ਤਾਂ ਕਹਿਣਾ ਵੀ ਪੁੱਤ ਗਾਣਾ ਸੁਣਾ ਦੇ। ਮੈਂ ਉਦੋਂ ਗਾਣਾ ਗਾ ਕੇ ਸੁੱਟ ਜਾਂਦਾ ਹੁੰਦਾ ਜੀ ਉਹਨਾਂ ਕੋਲੋਂ ਕਿ ਲੈ ਵੀ ਤੂੰ ਗਾਣਾ ਸੁਣ ਲਓ। ਉਦੋਂ ਮਾਣਕ ਸਾਹਿਬ ਦਾ ਓ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਹੋ ਮਾਂ ਏ ਰੱਬ ਦਾ ਨਾ ਉਹ ਦੁਨੀਆ ਵਾਲਿਓ। ਤੁਹਾਨੂੰ ਗਾਣਾ ਸੁਣਾ ਕੇ ਤੁਸੀਂ ਆਪਣੀ ਕੁੱਟ ਪਚਾਉਂਦੇ ਰਹੇ ਹੋ ਪੂਰੀ ਕਿ ਅੰਬ ਦੀ ਘਸਾ ਕੇ ਗੁੱਟੀ ਪੀਪਣੀ ਬਣਾਉਂਦੇ ਸੀ, ਮਿੱਤਰਾਂ ਦੀ ਰੋਜ਼ ਅਸੀਂ ਮਹਿਫਲ ਜਮਾਉਂਦੇ ਸੀ। ਵਾਹ ਜੀ ਵਾਹ। ਸਾਈਕਲ ਦੇ ਨਾਲ ਲੰਮੀ ਟਾਇਰ ਨਾਲ ਜਾ ਕੇ ਨਾ ਗੇੜੀ ਲਾਉਂਦੇ ਹੁੰਦੇ ਸੀ, ਮਤਲਬ ਪੂਰੇ ਟੁੱਟੀ ਸੀਗੇ ਉਦੋਂ ਜੀ, ਜਦੋਂ ਸ਼ਰਾਰਤੀ ਤੁਹਾਨੂੰ ਪਤਾ ਹੀ ਆ। ਪੜ੍ਹਨ ਦਾ ਫਿਰ ਜਿਹੜੇ ਕਲਾਕਾਰ ਹੁੰਦੇ ਆ ਪੜ੍ਹਨ ਦਾ ਫਿਰ ਘੱਟ ਹੀ ਹੁੰਦਾ, ਹੁਣ ਅੱਜ ਕੱਲ੍ਹ ਰੁਝਾਨ ਹੈਗਾ ਜ਼ਿਆਦਾ ਪੜ੍ਹਾਈ ਦਾ। ਜਿਹੜੇ ਉਦੋਂ ਕਲਾਕਾਰ ਹੁੰਦੇ ਘੱਟ ਪੜ੍ਹਦੇ ਹੁੰਦੇ ਸਿੱਧੂ ਸਾਹਿਬ ਜੀ, ਇਹੀ ਪੜ੍ਹਾਈ ਸੀ ਜੀ ਸਾਨੂੰ, ਇੱਦਾਂ ਹੀ ਆ ਕਲਾ ਹੀ ਪੜ੍ਹਾਈ ਸੀ। ਜਦੋਂ ਪੰਡਿਤ ਜੀ ਕੋਲੋਂ ਸਿੱਖਦੇ ਹੁੰਦੇ ਆਪਾਂ ਇਕੱਠੇ ਜਾਂਦੇ ਹੁੰਦੇ ਸੀਗੇ, ਉਹ ਜ਼ਮਾਨਾ ਜਿਹੜਾ ਸੀਗਾ ਨਾ ਉਹ ਕਲਾਕਾਰੀ ਦਾ ਜ਼ਮਾਨਾ ਸੀ ਵਾਕਿਆ ਹੀ। ਅੱਜ ਮਸ਼ੀਨੀ ਯੁੱਗ ਹੈ, ਉਦੋਂ ਜ਼ੋਰ ਦਾ ਜ਼ਮਾਨਾ ਸੀ। ਉਹ ਜਦੋਂ ਪੰਡਿਤ ਜੀ ਨੇ ਸਾਡੇ ਕੋਲ ਜਿਹੜੇ ਸਾਡੇ ਉਸਤਾਦ ਪੰਡਿਤ ਰਾਮ ਚੰਦ ਜੀ ਸੀਗੇ, ਉਹਨਾਂ ਦੇ ਹੋਰ ਬੜੇ ਅੱਛੇ ਕਲਾਕਾਰ ਪੰਜਾਬ ਦੇ ਨਾਮੀ ਨਛੱਤਰ ਭਾਅ ਜੀ ਹੋਏ, ਹੋਰ ਸਿੰਗਰ ਹੋਏ, ਬੜੇ ਉਹਨਾਂ ਦੇ ਸ਼ਾਗਿਰਦ ਨੇ, ਅਤੇ ਉਹਨਾਂ ਕੋਲ ਆਪਦੇ ਕੋਲ 45 ਫਸਟ ਪ੍ਰਾਈਜ਼ ਸਨ ਪੰਡਿਤ ਜੀ ਕੋਲ ਜੀ, ਸੰਗੀਤ ਦੇ ਜੀ ਫਸਟ ਪ੍ਰਾਈਜ਼ ਪੰਜਾਬ ਦੇ, ਹੈ ਨਾ ਜੀ। ਬਹੁਤ ਅੱਛੇ ਕਵਈਏ ਸੀਗੇ, ਵੱਡੇ ਬੱਬਰ ਸ਼ੇਰ ਕਵਈਏ ਸੀ ਜਿਹਨਾਂ ਕੋਲ ਅਸੀਂ ਸਿੱਖੇ ਹਾਂ। ਅਤੇ ਫਿਰ ਹੌਲੀ ਹੌਲੀ ਜਦੋਂ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ, ਉਦੋਂ ਵੀ ਸੈਡ ਗਾਣਿਆਂ ਦਾ ਰਿਵਾਜ਼ ਜਿਹਾ ਸੀਗਾ ਜੀ, ਠੀਕ ਹੈ, ਥੋੜ੍ਹਾ ਜਿਹਾ ਸੀਗਾ। ਫਿਰ ਹੌਲੀ ਹੌਲੀ ਬੀਟ ਆਲੂ ਆ ਗਏ, ਉੱਥੇ ਸਾਰੇ ਬਰੀਕ ਬਹੁਤ ਸੁਣਦੇ ਹੁੰਦੇ ਸੀਗੇ, ਅਸੀਂ ਜੇ ਗਾਉਣਾ ਗਜ਼ਲ ਗਾਓ ਜੀ, ਇਹ ਗਾਓ, ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਜਾਂ ਹੀਰ ਸੁਣਾ ਦਿਓ, ਜਾਂ ਮਤਲਬ ਇੱਦਾਂ ਦਾ ਕਰ ਕਰਕੇ। ਫਿਰ ਉਹ ਪ੍ਰੋਫੈਸ਼ਨਲੀ ਆਪਾਂ ਪ੍ਰੋਗਰਾਮਾਂ ਵੱਲੋਂ ਹੋ ਗਏ, ਉਦੋਂ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਤੋਂ ਬਾਅਦ, ਫਿਰ ਪ੍ਰੋਗਰਾਮਾਂ ਵੱਲੋਂ ਹੋ ਗਿਆ, ਤਾਂ ਫਿਰ ਪਿੱਛੇ ਨਹੀਂ ਮੁੜੇ, ਹੈ ਨਾ ਜੀ। ਹੁਣ ਤੱਕ ਸੰਘਰਸ਼ ਵਿੱਚ ਹੀ ਹਾਂ, ਲੈਣ 'ਚ ਆ ਜਾਣੀ ਜੀ, ਕਿ ਕਦੀ ਤਾਂ ਉਹ ਮਾਲਕ ਖੈਰ ਪਾਊਗਾ। ਬਾਬਾ ਜੀ ਨੇ ਕਿਰਪਾ ਕੀਤੀ, ਫਿਰ ਮੈਂ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਤੋਂ ਸ਼ੁਰੂ ਕਰਦਾ ਜੀ। ਨਹੀਂ ਪਰ ਮੈਂ ਇੱਕ ਗੱਲ ਤੁਹਾਨੂੰ ਟੁੱਕਣਾ ਚਾਹੁੰਦਾ, ਤੁਹਾਡਾ ਸੰਘਰਸ਼ ਜਿਹੜਾ ਲਗਾਤਾਰ ਜਾਰੀ ਰਿਹਾ, ਇਹ ਬਹੁਤ ਵੱਡੀ ਗੱਲ ਹੈ ਸਿੱਧੂ ਸਾਹਿਬ ਜੀ। ਜੀ ਬਿਲਕੁਲ ਜੀ, ਇੰਨਾ ਲੰਬਾ ਸਮੇਂ ਸੰਘਰਸ਼ ਕਰਨਾ ਆਪਦੇ ਆਪ 'ਚ ਇੱਕ ਬਹੁਤ ਵੱਡਾ ਸੰਘਰਸ਼ ਹੈ, ਨਹੀਂ ਤਾਂ ਲੋਕ ਥੱਕ ਕੇ ਵਿੱਚੋਂ ਛੱਡ ਕੇ ਆਪਦੀ ਲਾਈਨ ਹੀ ਬਦਲ ਦਿੰਦੇ। ਪਰ ਇਹਨਾਂ ਨੇ ਗੱਡੀ ਜਾਂਦੀ ਛਲਾਂਗਾ ਮਾਰਦੀ ਤੋਂ ਬਾਅਦ, ਮੈਨੂੰ ਇੰਨਾ ਪਤਾ ਕਿਉਂਕਿ ਅਸੀਂ ਨਾਲ ਰਹਿੰਦੇ ਸੀ ਸ਼ੰਕਰ ਭਾਅ ਜੀ ਦੇ, ਫਰੋਡ ਵੀ ਹੋ ਗਿਆ ਸੀ ਉਸ ਗਾਣੇ ਤੋਂ ਲੈ ਕੇ, ਹੈ ਨਾ। ਅਤੇ ਪਰ ਉਹ ਵੀ ਇਹਨਾਂ ਨੇ ਚਲੋ ਸੱਟ ਝੱਲੀ ਹੈਗੀ, ਉਸ ਤੋਂ ਲਗਾਤਾਰ ਇਹ ਨਿਰੰਤਰ ਗਾਉਂਦੇ ਵੀ ਰਹੇ ਆ, ਔਰ ਆਪਣੇ ਸਟੇਜ ਪ੍ਰੋਗ ਵੀ ਇਹਨਾਂ ਨੇ ਕਾਇਮ ਰੱਖੇ ਨੇ ਭਾਈ। ਜਦੋਂ ਫਿਰ ਤੁਹਾਡਾ ਗਾਣਾ ਉਹ ਬੱਗੇ ਬੱਗੇ ਬੈਲ ਹਿੱਟ ਹੋਇਆ, ਹਾਂਜੀ, ਉਹ ਕੈਫੀਅਤ ਕੀ ਸੀ? ਉਹ ਵੀ ਬਹੁਤ ਵਧੀਆ, ਬਾਬਾ ਜੀ ਦੀ ਕਿਰਪਾ ਨਾਲ, ਮਾਲਕ ਦੀ ਕਿਰਪਾ ਨਾਲ, ਵਾਹਿਗੁਰੂ ਨੇ ਕਿਰਪਾ, ਜਦੋਂ ਬਾਂਹ ਫੜਨੀ ਆ ਮੈਂ ਬੱਗੇ ਬੱਗੇ ਬੈਲ ਗਾਣਾ ਕਰ ਦਿੱਤਾ ਜੀ, ਤਾਂ ਉਹਦੇ ਵਿੱਚ ਜਿੱਦਾਂ ਵਿਕਟਰ ਜੌਨ ਨੇ ਵੀਡੀਓ ਕੀਤੀ ਆਪਣਾ ਵੀਰਾ, ਉਹ ਵੀ ਜੀ, ਅਮਰੀਕ ਹਮਰਾਜ ਜੀ ਮੇਰੇ ਪਿੰਡ ਤੋਂ ਜਿਹਨਾਂ ਦਾ ਗਾਣਾ ਲਿਖਿਆ ਆ, ਅਸੀਂ ਇੱਕ ਪਿੰਡ ਦੇ ਹੀ ਹਾਂ, ਜੱਸੀ ਬ੍ਰਦਰ ਵੀ ਸਾਡੇ ਪਿੰਡ ਦਾ ਹੀ ਆ, ਗੜ ਸ਼ੰਕਰ ਦਾ ਜਿਹਨੇ ਮਿਊਜ਼ਿਕ ਕੀਤਾ ਜੀ, ਅਤੇ ਅਸੀਂ ਇੱਕ ਤਿੱਕੜੀ ਸੀਗੀ ਨਾਲ ਚੌਥਾ ਰਲ ਗਿਆ, ਗਾਣਾ ਬੱਗੇ ਬੱਗੇ ਬੈਲ ਕਰ ਦਿੱਤਾ, ਮੈਨੂੰ ਗਾਣਾ ਹੋਰ ਤਰ੍ਹਾਂ ਲੱਗੀ, ਚੱਲੇ ਯਾਰ ਰਨ ਰੱਖਣੀ ਕਬੂਤਰ ਵਰਗੀ, ਹੈ ਨਾ ਜੀ। ਅਤੇ ਉਹ ਗਾਣਾ ਹੀ ਨੇ ਅਸੀਂ ਇੱਕ ਪਾਸੇ ਕਰਕੇ, ਤੇਰੇ ਇਸ਼ਕ 'ਚ ਕਮਲੀ ਹੋਈਆਂ, ਮੇਰੇ ਰਾਂਝਣਾ ਸੂਫੀ ਕਲਾਮ ਕੀਤਾ, ਹੈ ਨਾ, ਬਹੁਤ ਅੱਛਾ ਸੀਗਾ। ਰਾਜਸਥਾਨ ਸ਼ੂਟ ਕੀਤਾ, ਯਾਦ ਗਰੇਵਾਲ ਸੀ ਇੱਥੇ, ਸਾਰੇ ਵਧੀਆ ਜੇ ਪਾਵੇ ਹੋਣੀ ਸੀਗੇ, ਵਧੀਆ ਟੀਮ ਲੈ ਕੇ ਕੀਤਾ। ਫਿਰ ਯਾਰਾਂ ਨਾਲ ਯਾਰਾਂ ਦੀ ਚੜ੍ਹਾਈ ਹੁੰਦੀ ਹੈ, ਬਾਬਿਆਂ ਦੀ ਗੱਲ 'ਚ ਸੱਚਾਈ ਹੁੰਦੀ ਹੈ, ਇਹ ਤਾਂ ਸੀ ਗੱਲਾਂ। ਉਹ ਗਾਣਿਆਂ ਨੂੰ ਦੇਖ ਕੇ ਦੇਖੋ ਕਿੱਡੇ ਵੱਡੇ ਗਾਣੇ ਆਏ ਆ, ਅਤੇ ਜਿਹੜੇ ਗਾਣੇ ਨੇ ਮੋਹਰੇ ਜਾਣਾ, ਜਿੱਦਾਂ ਬੱਗੇ ਬੱਗੇ ਬੈਲ, ਉਹ ਮੋਹਰੇ ਹੋ ਗਿਆ, ਜਿਹੜੇ ਜਿਹਨਾਂ 'ਤੇ ਬਹੁਤਾ ਜ਼ੋਰ ਲਾਇਆ ਸੀ ਉਹ ਪਿੱਛੇ ਹੋ ਗਏ। ਅਤੇ ਉਹਦੀ ਆ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ, ਉਦੋਂ ਜਿਹੜਾ ਸੀਗਾ ਬੈਂਸ ਸਾਹਿਬ ਜੀ, ਮਾੜਾ ਜਿਹਾ ਸੁਣਾਉਂਦੇ ਹਾਂ ਲੋਕਾਂ ਦੇ ਪਿੱਛੇ ਹੋ ਜਾਊਗਾ। ਹੁਣ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ, ਮੈਨੂੰ ਯਾਦ ਆਵੇ ਮੇਰੇ ਯਾਰ ਦੀ,
ਮੈਂ ਤੋ ਦੀਵਾਨੀ ਉਸ ਯਾਰ ਕੀ, ਮੈਨੂੰ ਯਾਦ ਆਵੇ ਮੇਰੇ ਯਾਰ ਦੀ। ਹਾਂ ਦਿਲ ਵਿੱਚ ਤੇਰਾ ਪਿਆਰ ਵਸਾ ਕੇ, ਵੇਖੀ ਜਾਵਾਂ ਕੋਲ ਬਿਠਾ ਕੇ, ਨਜ਼ਰ ਤੈਨੂੰ ਕਿਤੇ ਲੱਗ ਨਾ ਜਾਵੇ, ਜਗ ਤੋਂ ਲੁਕਾ ਲਾ ਅੱਖ ਵਿੱਚ ਪਾ ਕੇ। ਮੈਂ ਤੋ ਦੀਵਾਨੀ, ਮੈਂ ਤੋ ਮਸਤਾਨੀ, ਮੈਂ ਤੋ ਦੀਵਾਨੀ ਉਸ ਯਾਰ ਕੀ, ਮੈਨੂੰ ਯਾਦ ਆਵੇ ਮੇਰੇ ਯਾਰ ਦੀ। ਚੱਲੇ ਰਿਹਾ ਕੁਝ ਘਰ ਦੀਆਂ ਕਬੀਲਦਾਰੀਆਂ, ਘਰ ਦੇ ਕੰਮ ਨਿੱਕੇ ਹੁੰਦਿਆਂ ਦੇ, ਜਿੱਦਾਂ ਸਿਰ ਤੋਂ ਬਾਪ ਜੀ ਜਿਹੜੇ ਸਾਡੇ ਡੈਡੀ ਸੀਗੇ ਉਹ ਵੀ ਸੰਗੀਤ ਨਾਲ ਸੰਬੰਧਿਤ ਸਨ ਚੰਨਲ ਜੀ, ਤੇ ਉਹ ਸੀਗਾ ਉਹਨਾਂ ਲਈ ਮੈਂ ਇੱਕ ਸੋਨੇ ਦਾ ਦੰਦ ਮੱਥੇ ਤੇ ਚੰਦ ਲੜ ਛੱਡ ਮਾ ਸਟਾਈਲ ਪੁਰਾਣਾ ਸੀ, ਜੇ ਜਿਉਂਦਾ ਚੰਨਣ ਸਿਉਂ ਰਹਿੰਦਾ ਅਸੀਂ ਇਕੱਠਿਆਂ ਗਾਉਣਾ ਸੀ। ਆਪਣੇ ਬਾਪੂ ਲਈ ਸੀ, ਉਹਨੇ ਸੋਨੇ ਦਾ ਦੰਦ ਲਵਾਇਆ ਹੋਣਾ, ਚਿੱਟੀ ਪੱਗ ਬੰਨੀ, ਫਿਰ ਮੈਂ ਚਿੱਟੀ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਹੈ ਨਾ, ਉਹ ਬਾਬਾ ਜੀ ਦੀ ਕਿਰਪਾ ਨਾਲ ਚਲੋ ਠੀਕ ਹੋ ਗਿਆ। ਫਿਰ ਵਿੱਚ ਵਿਚਾਲੇ ਜਿੰਨਾ ਵੀ ਘਰ ਦੀਆਂ ਜ਼ਿੰਮੇਵਾਰੀਆਂ ਵੱਡੇ ਹੋਣ ਦੇ ਕਰਕੇ ਸਾਰਾ ਕੁਛ ਹੁਣ ਠੀਕ ਹੈ, ਬਾਬੇ ਦੀ ਕਿਰਪਾ ਨਾਲ ਨਿਭਾਈ ਗਏ। ਉਹ ਵੀ ਬੰਦਾ ਕਿਹੜਾ ਜਿਹੜਾ ਪਿੱਛੇ ਮੁੜ ਜਾਵੇ ਉਹਨੂੰ ਮੈਂ ਨਹੀਂ ਕਹਿੰਦਾ ਹੁੰਦਾ ਕਿ ਵੀ ਉਹ ਬੰਦਾ ਆ, ਗੱਲ ਤੇ ਅੜੇ ਰਹੋ, ਗੱਲ ਤੇ ਚੱਲੇ ਰਹੋ, ਕਦੀ ਤਾਂ ਮੰਜ਼ਿਲ ਆਉਂਦੀ ਆ, ਰਸਤੇ ਆ ਨਾ, ਰਸਤੇ ਬਾਟ ਹੁੰਦੀ ਆ, ਕਈ ਵਾਰੀ ਬਾਟ ਦੇ ਵਿੱਚ ਪਿੱਛੇ ਨੂੰ ਘਬਰਾਉਣਾ ਨਹੀਂ ਚਾਹੀਦਾ। ਨਵੇਂ ਕਲਾਕਾਰਾਂ ਨੂੰ ਵੀ ਇਹੀ ਆ, ਜਿਹੜੇ ਮੇਰੇ ਆਪਣੇ ਬੱਚੇ ਵੀ ਆ, ਮੇਰੇ ਸ਼ਾਗਿਰਦ ਵੀ ਆ, ਉਹਨਾਂ ਨੂੰ ਵੀ ਇਹੀ ਗੱਲ ਕਹਿੰਦਾ ਹੁੰਦਾ ਮੈਂ ਕਿ ਰੁਕਣਾ ਨਹੀਂ, ਚੱਲਣਾ ਹੀ ਜ਼ਿੰਦਗੀ ਹੈ, ਚੱਲੇ ਰਹੋ, ਕੰਟੈਂਟ ਦਿਓ, ਕੋਈ ਨਾ ਕੁਛ ਕਰਦੇ ਰਹੋ, ਵਧੀਆ ਦਿਓ, ਗੱਲ ਵਧੀਆ ਕਰੋ। ਨਹੀਂ ਤੁਹਾਡੀ ਤੁਸੀਂ ਗੱਲ ਕੀਤੀ ਸ਼ਾਗਿਰਦਾਂ ਦੀ, ਗੱਲ ਤੁਸੀਂ ਕੀਤੀ ਹੈ, ਅੱਜ ਦੇ ਦੌਰ 'ਚ ਮੈਨੂੰ ਲੱਗਦਾ ਕਿ ਜਿਹੜੀ ਉਸਤਾਦੀ ਸ਼ਾਗਿਰਦੀ ਦਾ ਰੁਝਾਨ ਜਿਹੜਾ ਕਾਫੀ ਘੱਟ ਗਿਆ, ਇਹਦਾ ਕੀ ਕਾਰਨ ਹੈ? ਯੂਟਿਊਬ ਦਾ ਜ਼ਿਆਦਾ ਮਤਲਬ ਕਿ ਯੂਟਿਊਬ ਦਾ ਵੀ ਆ ਤੇ ਤਰਾਸਦੀ ਵੀ ਆ ਇਹ ਗੱਲ ਦੀ। ਸ਼ਰਨਜੀਤ ਭਾਅ ਜੀ, ਆਪਾਂ ਅੱਜ ਵੀ ਇਕੱਠੇ ਬੈਠੇ ਹਾਂ, 25 ਸਾਲ ਪਹਿਲਾਂ ਦੇ ਬੈਠੇ, 30 ਸਾਲ ਪਹਿਲੇ ਬੈਠੇ ਹਾਂ ਜੀ। ਅਸੀਂ ਆਪਣੇ ਬਜ਼ੁਰਗਾਂ ਕੋਲ ਬੈਠ ਕੇ ਸਿੱਖਿਆ ਕਿ ਆਪ ਤੋਂ ਵੱਡੇ ਦੀ ਰਿਸਪੈਕਟ। ਬਿਲਕੁਲ, ਜਿਹੜਾ ਬੰਦਾ ਆਪਦੇ ਵੱਡਿਆਂ ਕੋਲ ਬੈਠੂਗਾ, ਆਪਦੇ ਸਿਆਣਿਆਂ ਦੀ ਗੱਲ ਸੁਣੂਗਾ, ਉਹਨੂੰ ਤਹਿਜ਼ੀਬ ਹੋਊਗੀ ਕਿੱਦਾਂ ਬਹਿਣਾ। ਬਿਲਕੁਲ, ਕਹਿਣਾ ਬਹਿਣਾ ਸਹਿਣਾ ਰਹਿਣਾ ਆਉਣਾ ਚਾਹੀਦਾ, ਅਦਬ ਹੋਊਗਾ, ਅਦਬ ਹੋਣਾ ਜ਼ਰੂਰੀ। ਫਿਰ ਉਹ ਉਸਤਾਦ ਸਿਖਾਲਦੇ ਹੀ ਅਦਬ, ਗਾਣਾ ਭਾਵੇਂ ਘੱਟ ਸਿਖਾਓ, ਅਦਬ ਜ਼ਰੂਰੀ ਹੈ, ਆਪਾਂ ਸਿੱਖਦੇ ਰਹੇ ਹਾਂ ਇਕੱਠੇ। ਤੁਹਾਨੂੰ ਪਤਾ ਤੁਸੀਂ ਅੱਜ ਵੀ ਕਹੀ ਸੀ ਗੱਲ, ਹਾਰਮੋਨੀਅਮ ਕਹਿ ਦੇਣਾ ਚੱਲ ਸ਼ੰਕਰ ਤੂੰ ਬਜਾ, ਚੱਲ ਵੇ ਤੂੰ ਆਪਣਾ ਸ਼ਰਨਜੀਤ ਆਹ ਕੰਮ ਕਰ, ਆਪਣੀ ਸਾਡੀ ਬਾਪੂ ਦੀ ਸਾਡੇ ਦੀ ਬੜੀ ਕਿਰਪਾ ਰਹੀ ਆ। ਚਲੋ ਤੇ ਲੱਗੇ ਰਹੇ ਜ਼ਿੰਦਗੀ ਦੇ ਵਿੱਚ, ਰੂਹ ਜਿਹੜੀ ਸੀਗੀ ਗਾਣ ਦੀ ਹੋਰ ਹੈ, ਤੇ ਚੱਲਣਾ ਸੀ ਬੱਗੇ ਬੱਗੇ ਬੈਲ, ਹੁਣ ਆਪਾਂ ਹੀ ਬੱਗੇ ਬੱਗੇ ਬੈਲ ਦੇ ਜੋ ਪ੍ਰਵਾਨ ਕੀਤਾ ਦੁਨੀਆ ਨੇ। ਸਿੱਧੂ ਸਾਹਿਬ ਬਹੁਤ ਹੀ ਵਧੀਆ, ਸਿੱਧੂ ਸਾਹਿਬ ਨੇ ਮੇਰੇ ਬੜੇ ਸ਼ੋਅ ਲਵਾਏ ਜੰਮੂ ਐਵੇਂ ਸਟੇਡੀਅਮ ਦੇ ਵਿੱਚ, ਉੱਥੇ ਬਹੁਤ ਵੱਡੇ ਵੱਡੇ ਫਨਕਾਰ ਆਉਂਦੇ ਆ, ਜਿੱਦਾਂ 5-5 ਲੱਖ ਬੰਦਾ ਹੁੰਦਾ ਉੱਥੇ ਸ਼ੋਅ ਦੇ ਉੱਤੇ। ਜ਼ਰੂਰਤ ਲੈ ਲੋ, ਉਹ ਬੱਗੇ ਬੱਗੇ ਬੈਲ ਰੱਖਣੇ ਬਹੀ ਰਨ ਰੱਖਣੀ ਕਬੂਤਰੀ ਵਰਗੀ, ਹੋ ਬੱਗੇ ਬੱਗੇ ਬੈਲ ਰੱਖਣੇ ਬਹੀ ਰਨ ਰੱਖਣੀ ਕਬੂਤਰੀ ਵਰਗੀ, ਹੋ ਬੱਗੇ ਬੱਗੇ ਬੈਲ ਰੱਖਣੇ
ਹੋ ਗਲ ਘੁੰਗਰੂ ਬੈਲਾਂ ਦੇ ਚਾਰ ਜੋੜੀਆਂ, ਪਰ ਜੱਟ ਨੇ ਤਬੇਲੇ ਨਾਲ ਘੋੜੀਆਂ, ਗਲ ਘੁੰਗਰੂ ਬੈਲਾਂ ਦੇ ਚਾਰ ਜੋੜੀਆਂ, ਪਰ ਜੱਟ ਨੇ ਤਬੇਲੇ ਨਾਲ ਘੋੜੀਆਂ, ਭਾਵੇਂ ਬੁਲਟ ਸੁਪਾਰੀ ਸਾਡੇ ਘਰ ਦੀ, ਬੱਗੇ ਬੱਗੇ ਬੈਲ ਰੱਖਣੇ ਵੀਰਾਂ ਨੂੰ ਰੱਖਣੀ ਕਬੂਤਰ ਵਰਗੀ, ਉਹ ਬੱਗੇ ਬੱਗੇ ਬੈਲ ਰੱਖਣੇ। ਕਿਆ ਬਾਤ ਹੈ, ਥੈਂਕ ਯੂ ਸਰੋਤਿਆਂ ਦਾ ਜਿਨ੍ਹਾਂ ਨੇ ਇੱਦਾਂ ਦੇ ਦੇਸੀ ਜਿਹੇ ਗਾਣੇ ਨੂੰ ਪ੍ਰਵਾਨ ਕੀਤਾ। ਅਤੇ ਹੁਣ ਗੱਲ ਕਰਦੇ ਹਾਂ ਆਪਣੇ ਨਵੇਂ ਪ੍ਰੋਜੈਕਟਾਂ ਦੀ, ਅਤੇ ਨਵੇਂ ਪ੍ਰੋਜੈਕਟ ਸਾਡੇ ਕਿੰਨੇ ਵਧੀਆ ਵਧੀਆ ਆ ਰਹੇ ਹਨ। ਬੈਕ ਆ ਰਿਹਾ ਜੀ ਜੀ ਬਿਲਕੁਲ ਠੀਕ। ਮੈਂ 5-7 ਸਾਲ 10 ਸਾਲ ਪਿੱਛੇ ਨੂੰ ਹੋ ਗਿਆ ਸੀ, ਕੁਛ ਘਰਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਬੰਦਾ ਆਪ ਥੋੜ੍ਹਾ ਗੁਆਚ ਜਾਂਦਾ ਜੀ ਬਿਲਕੁਲ ਠੀਕ ਹੈ ਨਾ। ਪਰ ਇੱਕ ਲਗਾਤਾਰਤਾ ਜਿਹੜੀ ਤੁਸੀਂ ਬਣਾਈ ਰੱਖੀ ਆ, ਉਹ ਵੀ ਇੱਕ ਬਹੁਤ ਵੱਡਾ ਉਦਾਹਰਨ ਹੈ। ਲਗਾਤਾਰਤਾ ਤੁਸੀਂ ਲਗਾਤਾਰ ਜੁੜੇ ਰਹੇ ਹੋ ਨਾ। ਮੈਂ ਬਹੁਤ ਕਲਾਕਾਰ ਅਸੀਂ ਦੇਖੇ ਆ ਸਿੰਘ ਸਾਹਿਬ, ਜਿਹੜੇ ਮਤਲਬ ਅੱਛਾ ਗਾਉਂਦੇ ਸੀ ਔਰ ਰੁਲ ਗਏ ਨੇ। ਰੁਲ ਗਏ ਨੇ ਹਾਂਜੀ, ਉਹਨਾਂ ਨੇ ਆਪਦਾ ਪੇਸ਼ਾ ਹੀ ਬਦਲਤਾ। ਹਾਂਜੀ, ਰੁਲ ਗਏ ਨੇ, ਨਹੀਂ ਗਾ ਸਕਦੇ। ਗਾਉਣੇ ਦਾ ਘਰ ਦੂਰ, ਉਹ ਸੱਜਣਾ ਗਾਉਣੇ ਦਾ ਘਰ ਦੂਰ, ਗਾਣੇ ਦਾ ਘਰ ਬਹੁਤ ਦੂਰ ਹੈ ਜੀ। ਕਿ ਕੁੱਲੀਆਂ 'ਚ ਵੱਸਦੇ ਸੀ, ਮਕਾਨਾਂ ਜੋਗੇ ਕਰਤੇ, ਬੇ ਸੁਰੇ ਬੇਤਾਲ ਰੱਬਾ ਤੂੰ ਗਾਉਣ ਜੋਗੇ ਕਰਤੇ। ਜੇ ਗਾਉਣ ਵਾਲੇ ਨਾ ਹੁੰਦੇ ਤਾਂ ਕਿਹਨੇ ਸੀ ਪਛਾਣਨਾ, ਇੱਜ਼ਤ ਨਾ ਹੁੰਦੀ ਸਾਨੂੰ ਕਿਹਨੇ ਸੀਗਾ ਜਾਣਨਾ। ਉਹ ਮਿੱਟੀ ਵਿੱਚ ਰੁਲੇ ਸੀ, ਹੀਰਿਆਂ 'ਚ ਜੜਤੇ, ਬੇਸੁਰੇ ਬੇਤਾਲ ਰੱਬਾ ਤੂੰ ਗਾਉਣ ਵਾਲੇ ਕਰਤੇ। ਅਸੀਂ ਉਹਦਾ ਸ਼ੁਕਰ ਕਰਦੇ ਹਾਂ ਕਿ ਜਿੰਨਾ ਦਿੱਤਾ ਉਹਦੇ 'ਚ ਸਬਰ ਦੇ ਮਾਲਕਾ, ਵੀ ਦੁੱਖਾਂ ਦੀ ਨਾ ਕਦੇ ਵੀ ਖਬਰ ਦੇ ਮਾਲਕਾ, ਕਿਸੇ ਦਾ ਵੀ ਦੁੱਖ ਨਾ ਦਿਖਾਲੀ ਹੈ ਨਾ। ਸਾਡੇ ਹੋਰ ਤਰ੍ਹਾਂ ਸੋਚਦੇ ਹਾਂ ਅਸੀਂ, ਗਾਉਣਾ ਕੋਈ ਕੋਈ ਆ, ਸਾਡੇ 2-3 ਸੁਰੇ ਹੀ ਆ, ਕੋਈ ਪਹਿਲੇ 'ਤੇ ਗਾਲੂ, ਕੋਈ ਦੂਜੇ 'ਤੇ ਗਾਲੂ, ਕੋਈ ਮਾੜਾ ਮਾੜਾ ਉੱਚਾ ਗਾਲੂਗਾ, ਜਿੱਦਾਂ ਤੁਸੀਂ ਵੀ ਗਾਣਾ ਹੀ ਆ, ਆਪਾਂ ਦੋਨੇ ਇਕੱਠੇ ਗਾ ਸਕਦੇ ਹਾਂ। ਅਤੇ ਇਹਦੇ ਵਿੱਚ ਕੋਈ ਨਹੀਂ ਇੱਦਾਂ ਦੀ ਗੱਲ ਹੁੰਦੀ, ਕਿਸੇ ਨੂੰ ਵੱਧ ਆਉਂਦਾ, ਕਿਸੇ ਨੂੰ ਘੱਟ, ਹੈ ਤਾਂ ਗਵਈਆ ਹੀ ਆ, ਹੈ ਤਾਂ ਮੁਲਾਜ਼ਮੀ ਹੀ ਆ, ਸਾਰੇ ਵਧੀਆ ਹੀ ਆ, ਸਾਰੇ ਇੱਕੋ ਜਿਹਾ ਹੀ ਆ। ਤੁਸੀਂ ਇਹਨਾਂ ਨੇ ਗੱਲ ਕੀਤੀ ਕਿ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਸਾਨੂੰ, ਮੈਨੂੰ ਗੱਲ ਯਾਦ ਆ ਗਈ। ਇੱਕ ਫਕੀਰ ਤੁਰਿਆ ਜਾ ਰਿਹਾ ਸੀ ਸਿੱਧੂ ਸਾਹਿਬ ਜੀ, ਅਤੇ ਫਕੀਰ ਨੂੰ ਇੱਕ ਰੱਜਿਆ ਪੁੱਜਿਆ ਬੰਦਾ ਮਿਲਿਆ। ਉਹ ਫਕੀਰ ਨੂੰ ਕਹਿੰਦਾ, ਯਾਰ ਤੇਰੀ ਮੈਨੂੰ ਪਤਾ ਲੱਗਿਆ ਵੀ ਤੇਰੀ ਰੱਬ ਨਾਲ ਸਿੱਧੀ ਗੱਲਬਾਤ ਹੈਗੀ ਆ ਜੀ। ਹਾਂਜੀ, ਹੈਗੀ ਗੱਲਬਾਤ ਸਿੱਧੀ। ਅਤੇ ਉਹ ਕਹਿੰਦਾ, ਰੱਬ ਨੂੰ ਮੇਰਾ ਸੁਨੇਹਾ ਦੇਈ ਯਾਰ, ਅਤੇ ਹੁਣ ਬਹੁਤ ਮੈਨੂੰ ਦੇਤਾ ਉਹਨੇ, ਅਤੇ ਹੁਣ ਦੇਣਾ ਬੰਦ ਕਰ ਦੇ। ਉਸ ਧਰਾਣ ਬੰਦੇ ਨੇ ਕਿਹਾ, ਮੈਨੂੰ ਰੱਬ ਨੇ ਬਹੁਤ ਕੁਛ ਦੇਤਾ, ਰੱਬ ਨੂੰ ਸੁਨੇਹਾ ਦੇ, ਰੱਬ ਨੂੰ ਸੁਨੇਹਾ ਦੇ ਦੇ, ਹੁਣ ਮੈਨੂੰ ਦੇਵੇ ਨਾ, ਹੁਣ ਮੈਨੂੰ ਬੰਦ ਕਰ ਦੇ, ਦੇਣਾ ਬੰਦ ਕਰ ਦੇ ਜੀ। ਉਹ ਅੱਗੇ ਚਲੇ ਗਏ ਫਕੀਰ, ਉਸ ਤੋਂ ਬਾਅਦ ਇੱਕ ਭਿਖਾਰੀ ਮਿਲ ਗਿਆ ਉਹਨੂੰ। ਹਾਂਜੀ, ਉਹ ਕਹਿੰਦਾ, ਯਾਰ ਸੇਮ ਕੁਐਸਚਨ ਉਹਨੂੰ ਕੀਤਾ ਵੀ ਤੈਨੂੰ ਤੁਹਾਡੀ ਰੱਬ ਨਾਲ ਸਿੱਧੀ ਗੱਲਬਾਤ ਹੈ? ਹਾਂਜੀ। ਉਹ ਕਹਿੰਦੇ, ਹਾਂ ਹੈਗੀ ਮੇਰੀ ਗੱਲਬਾਤ ਰੱਬ ਨਾਲ। ਉਹ ਕਹਿੰਦਾ, ਯਾਰ ਮੈਨੂੰ ਰੱਬ ਨੂੰ ਸੁਨੇਹਾ ਦੇ, ਮੇਰਾ ਮੈਨੂੰ ਵੀ ਕੁਛ ਦੇ ਦੇ। ਆਹਾ, ਕਹਿੰਦਾ ਮੈਨੂੰ ਵੀ ਕੁਛ ਦੇ ਦੇ। ਇੱਕ ਮੰਗ ਰਿਹਾ, ਇੱਕ ਮਨਾ ਕਰ ਰਿਹਾ ਕਿ ਮੈਨੂੰ ਬਹੁਤ ਦਿੱਤਾ। ਜਿਹੜਾ ਜਿਹੜਾ ਭਿਖਾਰੀ ਸੀ ਉਹ ਕਹਿੰਦਾ, ਰੱਬ ਨੂੰ ਸੁਨੇਹਾ ਦੇ, ਮੇਰਾ ਮੈਨੂੰ ਕੁਛ ਦੇ ਦੇਵੇ, ਮੈਨੂੰ ਵੀ ਕੁਛ ਦੇ ਦੇਵੇ। ਹਾਂਜੀ, ਕਹਿੰਦਾ ਉਹ ਕਹਿੰਦਾ ਠੀਕ ਹੈ। ਉਹ ਹਫ਼ਤੇ ਬਾਅਦ ਕਿਤੇ ਫਿਰ ਜਿਹੜੇ ਉਹ ਫਕੀਰ ਫਕੀਰ ਸੀਗੇ, ਫਿਰ ਉਸੇ ਰਸਤੇ ਲੰਘੇ ਆ, ਅਤੇ ਉਹ ਧਰਾਣ ਬੰਦਾ ਪੁੱਛਦਾ ਉਹਨੂੰ, ਵੀ ਰੱਬ ਨਾਲ ਤੇਰੀ ਗੱਲ ਹੋਈ, ਮੇਰਾ ਸੁਨੇਹਾ ਲਾਇਆ ਰੱਬ ਨੂੰ ਤੁਸੀਂ? ਉਹ ਕਹਿੰਦਾ, ਹਾਂਜੀ ਮੈਂ ਲਾਤਾ ਤੁਹਾਡਾ ਸੁਨੇਹਾ। ਕਹਿੰਦੇ ਕਿ ਰੱਬ ਨੇ ਕੀ ਕਿਹਾ? ਕਹਿੰਦਾ ਰੱਬ ਕਹਿੰਦਾ ਉਹਨੂੰ ਧਰਾਣ ਨੂੰ ਕਹੀ ਵੀ ਮੇਰਾ ਸ਼ੁਕਰ ਅਦਾ ਕਰਨਾ ਬੰਦ ਕਰ ਦੇ, ਰੱਬ ਨੇ ਕਿਹਾ ਤੂੰ ਮੇਰਾ ਸ਼ੁਕਰ ਅਦਾ ਕਰਨਾ ਸ਼ੁਰੂ ਕਰ, ਤੈਨੂੰ ਸਭ ਕੁਛ ਦਊਗਾ। ਉਹ ਕਹਿੰਦਾ, ਸ਼ੁਕਰ ਮੈਂ ਕਾਹਦਾ ਕਰਾਂ, ਆ ਇੱਕ ਕਮੀਜ਼ ਦਿੱਤੀ ਆ ਪਾਰਟੀ ਜੀ ਮੈਨੂੰ, ਇਹਦਾ ਸ਼ੁਕਰ ਕਰਾਂ ਮੈਂ? ਉਹ ਕਹਿੰਦਾ, ਸ਼ੁਕਰ ਤਾਂ ਅਦਾ ਕਰਨਾ ਪੈਣਾ। ਉਹ ਦੂਜੇ ਸਕਿੰਟ ਜੀ ਸਿੱਧੂ ਸਾਹਿਬ ਐਸੀ ਹਨੇਰੀ ਚੱਲੀ, ਹਵਾ ਚਾਹੀ, ਉਹਦਾ ਕਮੀਜ਼ ਵੀ ਉੱਡ ਗਿਆ, ਹੋ ਗਿਆ। ਕਹਿੰਦਾ, ਜੇ ਇਹਦਾ ਵੀ ਸ਼ੁਕਰ ਨਹੀਂ ਕਰ ਸਕਦਾ ਤਾਂ ਵੀ ਲੈ ਲਿਆ ਹੋਇਆ ਉਹਨੇ। ਸ਼ੁਕਰ ਅਦਾ ਕਰਨਾ, ਸ਼ੁਕਰ ਅਦਾ ਕਰਨਾ ਬਹੁਤ ਵੱਡੀ ਗੱਲ ਆ, ਸ਼ੁਕਰ ਅਦਾ ਕਰਨਾ। ਮੈਂ ਉਹੀ ਗੱਲ ਕਰਦਾ,
ਸ਼ੁਕਰ ਹੈ ਜੀ। ਦੁੱਖ ਥੋੜੇ ਥੋੜੇ ਕਿਤੇ ਰੁੱਲ ਹੀ ਨਾ ਜਾਈਏ, ਸੁਖ ਵੇਨੇ ਬਿਨਾ ਦਈ ਉਹ ਦਾਤਾ ਤੈਨੂੰ ਭੁੱਲ ਜਾਈਏ, ਦਾਤਾ ਤੈਨੂੰ ਭੁੱਲ ਜਾਈਏ। ਗੁਜੇ ਭੇਤ ਨੇ ਤੇਰੇ ਤੇਰੀ ਕੀਏ ਮੀਨਾਕਾਰੀ, ਕੋਈ ਸਮਝ ਨਾ ਆਵੇ ਦਾਤਾ ਤੇਰੀ ਕਲਾਕਾਰੀ। ਪਾ ਕੇ ਰੱਖੀ ਤੂੰ ਨਕੇਲ, ਪਾ ਕੇ ਰੱਖੀ ਤੂੰ ਹੁਣ ਕੇਲ, ਖੁੰਡੋ ਖੁੱਲ ਹੀ ਨਾ ਜਾਈਏ, ਸੁਖ ਵੈਨੇ ਬਿਨਾ ਦਈ ਉਹ ਮੌਲਾ ਤੈਨੂੰ ਭੁੱਲ ਜਾਈਏ, ਉਹ ਦਾਤਾ ਤੈਨੂੰ ਭੁੱਲ ਜਾਈਏ। ਇੱਧਰ ਵੀ ਆ, ਉਹਦੇ ਦਿੱਤੇ ਦਾ ਕਦੇ ਵੀ ਯਾਰੋ ਮਾਣ ਨਾ ਕਰੀਏ, ਭਾਵੇਂ ਮਿਲ ਜਾਵੇ ਰਾਜ ਤਾਂ ਵੀ ਰੱਬ ਕੋਲੋਂ ਡਰੀਏ। ਝੂਠੀ ਦੁਨੀਆ ਦੀ ਤੱਕੜੀ ਚ ਤੁਲ ਹੀ ਨਾ ਜਾਈਏ, ਸੁਖ ਵੈਨੇ ਬਿਨਾ ਦਈ ਉਹ ਦਾਤਾ ਤੈਨੂੰ ਭੁੱਲ ਜਾਈਏ, ਦਾਤਾ ਤੈਨੂੰ ਭੁੱਲ ਜਾਈਏ। ਦੁਨੀਆਂ ਚ ਜਿਹੜਾ ਬੰਦਾ ਸ਼ੁਕਰਾਨੇ ਚ ਰਹਿਣਾ ਸ਼ੁਰੂ ਕਰ ਦੇਵੇ ਨਾ ਜੀ, ਉਹਦੇ ਸ਼ੁਕਰਾਨੇ ਚ ਰਹਿਣਾ ਚਾਹੀਦਾ। ਬਿਲਕੁਲ ਠੀਕ, ਬਾਕੀ ਤਾਂ ਬਹਾਨੇ ਹੀ ਆ, ਬਾਕੀ ਸਾਰਾ ਕੁਛ ਹੋ ਰਿਹਾ ਹੀ ਆ। ਉਹਦਾ ਸ਼ੁਕਰਾਨਾ ਕਰਨਾ ਚਾਹੀਦਾ, ਸਵੇਰੇ ਉੱਠੇ ਆ, ਤੜਕੇ ਉੱਠੇ ਆ। ਆਪਣੇ ਆਪ ਜਿਹੜੀ ਬੰਦੇ ਦੇ ਅੰਦਰ ਇੱਕ ਕਲੋਕ ਹੁੰਦਾ ਜੀ, ਉਹ ਸਾਰਿਆਂ ਦੇ ਅੰਦਰ ਹੁੰਦਾ, ਕਈ ਵਾਰੀ ਬੰਦਾ ਪਛਾਣਦਾ ਜਾਂ ਨਹੀਂ ਪਛਾਣਦਾ। ਬੋਡੀ ਜਿਹੜੇ ਇਬਾਦਤ ਕਲੋਕ ਕਹਿੰਦੇ ਆ, ਇਬਾਦਤ ਵਾਲੇ ਬੰਦੇ ਆ, ਜਿਹੜੇ ਰੱਬ ਨੂੰ ਮੰਨਣ ਵਾਲੇ ਬੰਦੇ ਆ, ਸੰਗੀਤਕ ਰੂਹਾਂ ਆ, ਉਹਨਾਂ ਨੂੰ 3:30 ਵਜੇ ਜਾਗ ਆ ਜਾਂਦੀ, 2:30 ਵਜੇ। ਬਿਲਕੁਲ ਠੀਕ, ਇਬਾਦਤ ਕਰਨ ਵਾਲੇ ਨੂੰ ਵੀ ਇਦਾਂ ਹੀ ਆਉਂਦੀ। ਬੰਦਾ ਢੀਠ ਹੋ ਕੇ ਸੁੱਤਾ ਰਹਿੰਦਾ, ਪਰ ਉਹ ਠਾਲ ਦਿੰਦਾ ਆ, ਇੱਕ ਵਾਰੀ ਕਰਦਾ ਕਹਿੰਦਾ ਉੱਠ ਤੇਰਾ ਟਾਈਮ ਆ। ਮੇਰੇ ਵੀ ਜਲਦੀ ਨੀਂਦ ਖੁੱਲ ਜਾਂਦੀ ਜਿੱਦਣ ਰਾਤ ਨੂੰ ਥੋੜ੍ਹੀ ਜ਼ਿਆਦਾ ਪੀਤੀ। ਦੇਖੋ ਪੀਣੀ ਛੱਡ ਦਿੱਤੀ ਤੇ ਪਲਾਣੀ ਛੱਡ ਦਿੱਤੀ ਆ, ਸਿੱਧੂ ਸਾਹਿਬ ਵੈਲੀਆਂ ਦੇ ਨਾਲ ਆ, ਖਲਾਣੀ ਛੱਡ ਦਿੱਤੀ। ਨਾ ਤੁਸੀਂ ਪੀਂਦੇ ਹੋ ਨਾ ਖਾਂਦੇ ਹੋ, ਪਰ ਚਲੋ ਕੋਈ ਗੱਲ। ਕਹਿੰਦਾ ਕਿ ਜੇ ਸ਼ਰਾਬ ਨਹੀਂ ਮੈਂ ਪੀਤਾ ਜੀ, ਹੁਣ ਸ਼ੇਰੀ ਤੁਹਾਡਾ ਸ਼ੇਰ ਆ ਜੀ, ਕਿ ਜੇ ਸ਼ਰਾਬ ਨਹੀਂ ਮੈਂ ਪੀਤਾ ਕੋਈ ਔਰ ਪੀ ਰਿਹਾ ਹੈ, ਮੇਰੇ ਹਿੱਸੇ ਕੀ ਜ਼ਿੰਦਗੀ ਕੋਈ ਔਰ ਜੀ ਰਿਹਾ ਹੈ। ਕਿ ਯਾਰੋ ਕੇ ਸਤਾਏ ਹਮ, ਸ਼ਾਮ ਨੂੰ ਜਦੋਂ ਬਹਿੰਦੇ ਆਪਾਂ, ਹਾਂਜੀ, ਕਿ ਯਾਰੋ ਕੇ ਸਤਾਏ ਹਮ ਮਹਿਖਾਨੇ ਮੇਂ ਰਹਤੇ ਹੈ, ਸਾਕੀ ਤੇਰੇ ਦਰ ਪੇ ਸ਼ਰਾਬ ਕੇ ਦਰੀਆ ਬਹਿਤੇ ਹੈ, ਹਮ ਤੋ ਪੀਤੇ ਹੈ ਬਸ ਸੁਨ ਕੀ ਯਾਦ ਭੁਲਾਨੇ ਕੇ ਲੀਏ, ਲੋਕ ਸਿੱਧੂ ਸਾਹਿਬ ਹਮਕੋ ਤੋ ਐਸੇ ਸ਼ਰਾਬੀ ਕਹਤੇ ਹੈ। ਕਿਆ ਬਾਤ ਹੈ ਭਾਈ, ਇਹ ਕਿਹਦੀ ਯਾਦ ਭੁਲਾ ਰਹੇ ਹੋ ਤੁਸੀਂ? ਮੈਂ ਤਾਂ ਆਪਣੇ ਸ਼ੇਰ ਮੇਰੇ ਆਪਣੇ ਹੀ ਆ। ਮੈਨੂੰ ਵੀ ਐਂ ਲੱਗਦਾ, ਦਿਲ ਤੋਂ ਆਵਾਜ਼ ਨਿਕਲੀ ਆ ਕੋਈ ਪੁਰਾਣਾ। ਓ ਯਾਰ ਤੁਸੀਂ ਹਟਣਾ ਕਦੇ? ਸਾਰੀ ਉਮਰ ਨਾ ਉਤਰੇ ਕੋਈ ਐਸਾ ਜਾਮ ਜਿਸੇ ਪੀ ਕਰ ਐਸਾ ਕੀ, ਜਿਸੇ ਪੀ ਕਰ ਐਸਾ ਕੀ ਜ਼ਿੰਦਗੀ ਕੀ ਸ਼ਾਮ ਹੋ। ਸਾਰੀ ਉਮਰ ਨਾ ਉਤਰੇ ਕੋਈ ਐਸਾ ਜਾ, ਮੈਂ ਸਾਰੀ ਪੀ ਗਿਆ ਹੂੰ ਆਪਣੇ ਹਿਸਾਬ ਕੀ, ਮੈਂ ਸਾਰੀ ਪੀ ਗਿਆ ਹੂੰ ਆਪਣੇ ਹਿਸਾਬ ਕੀ, ਮੈਂ ਸਾਰੀ
ਨੇ ਹਿਸਾਬ ਕੀ ਕੋਈ ਐਸਾ ਜਾਮ ਦੇ ਦੋ ਜਿਸ ਸੇ ਆਰਾਮ ਹੋ ਕੋਈ ਐਸਾ ਜਾਮ ਦੇ ਦੋ ਜਿਸ ਸੇ ਆਰਾਮ ਜ਼ਖਮ ਬੱਲੇ ਆ ਇਹਨੂੰ ਛੇੜਨਾ ਨਹੀਂ ਚਾਹੀਦਾ ਅੱਲੇ ਪੀੜਾਂ ਵੀ ਬਲੀਆਂ ਨੇ ਫੁਰਸਤ ਵਾਲੇ ਸਮੇਂ 'ਚ ਕਿਹਨੂੰ ਸੁਣਦੀਆਂ ਜੀ ਫੁਰਸਤ ਵਾਲੇ ਸਮੇਂ 'ਚ ਫੁਰਸਤ ਵੇਲੇ ਮੈਂ ਪਹਿਲਾਂ ਬਹੁਤ ਸੁਣਿਆ ਗੁਲਾਮ ਅਲੀ ਸਾਹਿਬ ਨੂੰ ਬਹੁਤ ਸੁਣਿਆ ਨੁਸਰਤ ਸਾਹਿਬ ਨੂੰ ਬਹੁਤ ਸੁਣਿਆ ਹੁਣ ਮੈਂ ਆਪਣੇ ਆਪ ਨੂੰ ਸੁਣ ਲੈਂਦਾ ਹੁਣ ਅੱਛਾ ਮੇਰੇ ਦਿਲ ਦੀ ਆਵਾਜ਼ ਜਿਹੜੀ ਆ ਮੈਂ ਆਪਣੇ ਆਪ ਨੂੰ ਇਹ ਬਹੁਤ ਵੱਡੀ ਗੱਲ ਹੈ ਜੀ ਬਿਲਕੁਲ ਆਪਣੇ ਆਪ ਨੂੰ ਸੁਣਨਾ ਬਹੁਤ ਵੱਡੀ ਗੱਲ ਹੈ ਜਿਹੜਾ ਬੰਦਾ ਆਪਣੇ ਆਪ ਨੂੰ ਪਿਆਰ ਕਰਦਾ ਹੈ ਜੀ ਉਹੀ ਦੂਜੇ ਨੂੰ ਪਿਆਰ ਕਰ ਸਕਦਾ ਹੈ ਸਾਡੇ ਦੋ ਚਾਰ ਸ਼ਾਇਰ ਨੇ ਜਿੱਦਾਂ ਕੈਪਟਨ ਪਠਾਣੀਆ ਸਾਹਿਬ ਮਨਜੀਤ ਸਿੰਘ ਤਾਲਿਬ ਕਜ਼ਾ ਕੋ ਇਤਨਾ ਬਾਂਧਾ ਕੀ ਅਦਾ ਬਣਾ ਦੀਆ ਦਰਦ ਕੋ ਇਤਨਾ ਮਸਲਾ ਕੀ ਦਵਾ ਬਣਾ ਦੀਆ ਯੂੰ ਤੋ ਹਜ਼ਾਰੋਂ ਪੱਥਰ ਪੜੇ ਹੈ ਜ਼ਮਾਨੇ ਮੇ ਮੁਰਸ਼ਦ ਨੇ ਜਿਸੇ ਤਰਾਸ਼ਾ ਉਸੇ ਖੁਦਾ ਬਣਾ ਦੀਆ ਕਿਆ ਬਾਤ ਹੈ ਜੂੰ ਹੀ ਆਖੋ ਆਖੋ ਮੇ ਸਲਾਮ ਹੋ ਜਾਏ ਤੇਰੀ ਜੁਲਫੋਂ ਕੇ ਸਾਏ ਮੇ ਸ਼ਾਮ ਹੋ ਜਾਏ ਸ਼ਰਾਬ ਕਾ ਨਸ਼ਾ ਛਲਕਤਾ ਹੈ ਤੇਰੀ ਆਖੋ ਮੇ ਚਲੋ ਇਹਨੂੰ ਆਖੋ ਕੇ ਨਾਮ ਇੱਕ ਜਾਮ ਹੋ ਜਾਏ ਪਠਾਣੀ ਲਾਈ ਨਾ ਬਾਜੀ ਕੁਛ ਨਹੀਂ ਨਹੀਂ ਉਹ ਤਾਂ ਸ਼ੇਰ ਆ ਯਾਰ ਹੁਣੇ ਥੋੜਾ ਪੀਣੀ ਹੈ ਸਾਡੇ ਸਰਬਜੀਤ ਖਹਿਰਾ ਜੀ ਜਿਹੜੇ ਆ ਸਾਡੇ ਵੀਡੀਓ ਡਾਇਰੈਕਟਰ ਉਹ ਪੀਂਦੇ ਨਹੀਂ ਜਮਾਂ ਨਹੀਂ ਪੀਂਦੇ ਅੱਛਾ ਜੀ ਨੇ ਪਾਣੀ ਵੀ ਨਹੀਂ ਪੀਂਦੇ ਫਿਰ ਮੁੜ ਕੇ ਬੈਗਣ ਹੋ ਵਾਂਗ ਸੱਪਣੀ ਦੇ ਅੱਖਾਂ ਨਾਲ ਫਿਰੇ ਡੰਗਦੇ ਫਿਰ ਕਹੀ ਨਾ ਸਪੇਰਾ ਕੋਈ ਕੀਲ ਲੈ ਗਿਆ ਅਸੀਂ ਨਾਗਾਂ ਦੇ ਸ਼ਿਕਾਰੀ ਅਸੀਂ ਬਾਜ ਅਥਰੇ ਫਿਰ ਕਹੀ ਨਾ ਨੀ ਯਾਰ ਕੋਈ ਕੱਢ ਲੈ ਗਿਆ ਨੀ ਵਾਂਗ ਸੱਪਣੀ ਦੇ ਅੱਖਾਂ ਨਾਲ ਫਿਰੇ ਡੰਗਦੀ ਸਰਬਜੀਤ ਖਹਿਰਾ ਜੀ ਨੇ ਇਹਦੀ ਵੀਡੀਓ ਕੀਤੀ ਆ ਜੀ ਕਮਲ ਖੰਗੂੜਾ ਜੀ ਆ ਉਹਨਾਂ ਨੇ ਮਾਡਲਿੰਗ ਮਾਡਲਿੰਗ ਤੇ ਕੰਪਨੀ ਤੁਹਾਨੂੰ ਦੱਸ ਦੇਣੀ ਆ ਥੋੜੇ ਦਿਨਾਂ 'ਚ ਗਾਣਾ ਆ ਜਾਣਾ ਆਪਣਾ ਉਹ ਤੋਂ ਬਾਅਦ ਹੋ ਆ ਗਏ ਨੇ ਭੰਗੜੇ ਦੇ ਕਿੰਗ ਬੱਲੀਏ ਉਹ ਏਦਾਂ ਦੇ ਬੀਟ ਬੂਟ ਜਿਹਾ ਛੱਡਣੇ ਆ ਗਾਣੇ ਬੀਟ ਕੀਤੇ ਆ ਜੀ ਤੇ ਉਹ ਇੱਕ ਗਾਣਾ ਬਹੁਤ ਚਿਰ ਪਹਿਲਾਂ ਮੈਂ ਵੀ ਗਾਇਆ ਸੀਗਾ ਜਿੱਦਾਂ ਬੱਲੇ ਵੇ ਸੁਣ ਜਾਗੋ ਆਈ ਆ ਉਹਦੇ ਵਿੱਚ ਪਟਿਆਲੇ ਤੋਂ ਸੀਗੇ ਪਾਤੜਾਂ ਤੋਂ ਲਿਖਣ ਵਾਲੇ ਭਾਜੀ ਆਪਣੇ ਕੇਵਲ ਸੀਗਾ ਉਹਦਾ ਗਾਣਾ ਸੀਗਾ ਇਹ ਉਹ ਸੀਗਾ ਹੈਗਾ ਸੀਗਾ ਵਿਆਹ ਵਾਲਾ ਸੀਗਾ ਹੋ ਆਇਆ ਨਾਨਕਾ ਮੇਲ ਵਈ ਹੇ ਸ਼ਾਬਾ ਬੂਹੇ ਚੋਵੋ ਤੇਲ ਵੀ ਜਿੱਦਾਂ ਉਹ ਵਿਆਹ ਦਾ ਮਾਹੌਲ ਹੈ ਇੱਕ ਇਹ ਗਾਣਾ ਕੀਤਾ ਹੁਣ ਆਪਾਂ ਨੇ ਕਰਕੇ ਜੱਸੀ ਬ੍ਰਦਰ ਨੇ ਇਹ ਗਾਣੇ ਕੀਤੇ ਆ ਜੀ ਅਤੇ ਹੁਣ ਦੁਬਾਰਾ ਵਧੀਆ ਤਰੀਕੇ ਨਾਲ ਆਵਾਂਗੇ ਨਹੀਂ ਮੈਂ ਬਾਕੀ ਉਹਦੇ ਹੱਥ ਹੈ ਕਿ ਬਹੁਤ ਹੀ ਕਲਾਕਾਰਾਂ ਨੇ ਚਲੋ ਆਪਾਂ ਮੇਰਾ ਵੀ ਸੰਗੀਤਕ ਖੇਤਰ ਹੈ ਮੇਰਾ ਵੀ ਔਰ ਕਲਾਕਾਰ ਜਿੰਨੇ ਵੀ ਹੈਗੇ ਆਪਣੇ ਮੈਨੂੰ ਪਤਾ ਤੁਹਾਡੇ ਸਾਰੇ ਅਤੇ ਬਹੁਤ ਕਲਾਕਾਰਾਂ ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਹੈ ਨਾ ਉਹ ਕਹਿੰਦੇ ਵੀ ਹੁਣ ਅਸੀਂ ਲਫ਼ਜ਼ਾਂ ਵੱਲ ਧਿਆਨ ਘੱਟ ਦੇਈਦਾ ਬੀਟ ਹੋ ਗਿਆ ਬੀਟ ਦਾ ਜ਼ਿਆਦਾ ਬੀਟ ਦਾ ਯੋਗ ਹੈ ਅੱਜ ਕੱਲ੍ਹ ਭਾਜੀ ਜੋ ਥੋੜ੍ਹੀ ਸਿੰਗਿੰਗ ਮੈਨੂੰ ਲੱਗਦਾ ਹੈ ਮੈਂ ਦੇਖਦਾ ਥੋੜ੍ਹੀ ਟੈਕਨੀਕਲ ਹੋ ਗਈ ਹੈ ਜੀ ਬੰਦੇ ਦੀ ਆਵਾਜ਼ ਕਿਵੇਂ ਜੀ ਹੋਵੇ ਬੀਟ ਤੁਹਾਡੀ ਚੰਗੀ ਹੈ
ਚੱਲੀ ਜਾਊਗਾ। ਬਹੁਤ ਸਾਰੇ ਸਿੰਗਰ ਹੈ ਕਿ ਮੈਂ ਨਾਂ ਨਹੀਂ ਲੈਂਦਾ ਕਿਸੇ ਦਾ, ਉਹਨਾਂ ਦੀ ਆਵਾਜ਼ ਬਹੁਤ ਚੰਗੀ ਤਾਂ ਨਹੀਂ ਹੈ ਪਰ ਟੈਕਨੀਕਲੀ ਉਹ ਇੰਨੇ ਸਟਰੋਂਗ ਹੋ ਗਏ ਹੈ ਕਿ ਸੁਪਰ ਡੁਪਰ ਹਿੱਟ ਹੋ ਰਹੇ ਜੀ, ਬਿਲਬੋਰਡ ਤੇ ਆ ਰਹੇ ਉਹਨਾਂ ਦੇ ਗਾਣੇ। ਬਿਲਕੁਲ ਠੀਕ ਗੱਲ ਤੁਹਾਡੀ, ਉਹਨਾਂ 2 ਘੰਟੇ ਤੁਸੀਂ ਸਟੇਜ ਤੇ ਗਵਾ ਕੇ ਦਿਖਾ ਦਿਓ, ਗਾ ਨਹੀਂ ਪਾਣਗੇ, ਨਹੀਂ ਗਾ ਪਾਉਣਗੇ, ਸੀ ਡੀ ਲਾ ਕੇ ਗਾਉਂਦੇ ਜੀ, ਸੀ ਡੀ ਲਾ ਕੇ ਗਾਉਂਦੇ ਜੀ। ਮੈਂ ਪਿੱਛੇ ਇੱਕ ਗਾਣਾ ਸ਼ੰਕਰ ਭਾਅ ਜੀ, ਮੈਂ ਅੱਗੇ ਵੀ ਕਿਸੇ ਨਾਲ ਡਿਸਕਸ ਕਰ ਰਿਹਾ ਸੀ ਕਿਸੇ ਬੰਦੇ ਨਾਲ, ਮੈਂ ਕਲਾਕਾਰ ਭਰਾ ਸੀ ਆਪਣਾ ਕੋਈ, ਅਤੇ ਮੈਂ ਉਹ ਉਹਨੂੰ ਗੱਲ ਮੈਂ ਕੀਤੀ, ਮੈਂ ਕਿਹਾ ਬਹੁਤ ਪੰਜਾਬ ਦੇ ਮਜ਼ੇ ਹੋਏ ਕਲਾਕਾਰ ਜਿਹੜੇ ਸਥਾਪਿਤ ਕਲਾਕਾਰ ਨੇ, ਮਜ਼ੇ ਹੋਏ ਕਲਾਕਾਰ, ਉਹ ਵੀ ਲਫ਼ਜ਼ਾਂ ਵੱਲ ਧਿਆਨ ਨਹੀਂ ਦੇ ਰਹੇ। ਉਹ ਮੈਨੂੰ ਕਹਿੰਦਾ ਭਾਅ ਜੀ ਵੀ ਇਹ ਤੁਸੀਂ ਕਿਵੇਂ ਕਹਿ ਤਾ, ਇੱਦਾਂ ਕਿਵੇਂ ਕਹਿ ਤਾ ਵੀ ਅਕਸਰ ਜਿਹੜੇ ਜਿਹੜੇ ਬਜੇ ਹੋਏ ਕਲਾਕਾਰ ਨੇ ਜਾਂ ਸਥਾਪਿਤ ਕਲਾਕਾਰ ਨੇ, ਕਹਿੰਦਾ ਉਹ ਲਫ਼ਜ਼ਾਂ ਨੂੰ ਦੇਖ ਕੇ ਗਾਣਾ ਗਾਉਂਦੇ ਨੇ। ਫਿਰ ਮੈਨੂੰ ਉਦਾਹਰਨ ਦਿੱਤਾ, ਮੈਂ ਕਿਹਾ ਇੱਕ ਗਾਣਾ ਸੀਗਾ ਰਾਹਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ, ਆਪਣੇ ਚੰਗੇ ਦੋਸਤ ਨੇ ਹੋ ਰਾਤ ਹੋਣੀ, ਅਤੇ ਉਹਨੇ ਗਾਣਾ ਗਾਇਆ ਸੀ ਮੇਰੇ ਰਸ਼ਕੇ ਕਮਲ, ਹੈ ਨਾ, ਉਹਦੇ ਪਹਿਲੀ ਨਜ਼ਰ, ਹੈ ਨਾ, ਉਹ 'ਚ ਇੱਕ ਲਫ਼ਜ਼ ਸੀਗਾ ਸਿੱਧੂ ਸਾਹਿਬ ਕਿ ਬਰਕਸੀ ਗਿਰ ਗਈ ਕਾਮ ਹੀ ਕਰ ਗਈ, ਹੈ ਜੀ, ਉਹ ਪੰਜਾਬ ਦੇ ਬਹੁਤੇ ਕਲਾਕਾਰਾਂ ਨੇ ਲਾਈਵ ਹੋ ਕੇ ਜਾਂ ਸਟੇਜਾਂ ਤੇ ਜਿਹਦੇ ਗਾਇਆ ਨਾ, ਬਹੁਤੇ ਨੇ ਗਾਇਆ, ਗਾਉਂਦੇ ਵੀ ਰਹਿੰਦੇ ਆ, ਪਰ ਉਹ ਬਰਕਸੀ ਨੂੰ ਬਰਫ਼ ਸੀ ਕਹੀ ਗਏ, ਬਰਫ਼ ਸੀ ਕਰ ਗਈ ਕੰਮ ਹੀ ਕਰ ਗਏ, ਬਰਫ਼ ਬਰਫ਼ ਹੀ ਕਹੀ ਗਏ। ਉਹ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਰਫ਼ ਨਹੀਂ ਹੈ ਗੁਰੂ, ਉਹ ਬਰਕ ਸੀ ਕਰ ਗਈ ਜੀ। ਤੁਸੀਂ ਬੜੀ ਬਰੀਕੀ ਨਾਲ ਭਾਅ ਜੀ ਲਿਖਦੇ, ਬਹੁਤ ਵਧੀਆ ਆ ਬੈਂਸ ਸਾਹਿਬ। ਗਾਇਕੀ ਦਾ ਮੁਹਾਦਰਾ ਬਦਲ ਗਿਆ, ਉਹਦਾ ਰਾਹ ਬਦਲ ਗਿਆ ਆ, ਉਹ ਪਤਾ ਨਹੀਂ ਕਿਹੜੇ ਰਾਹੇ ਤੁਰ ਪਈ ਆ ਜੀ, ਹੈ ਨਾ, ਫੇਰ ਸਿਆਣਾ ਬੰਦਾ ਤਾਂ ਉਹੀ ਆ ਜਿਹੜਾ ਚੁੱਪ ਕਰਕੇ ਬਹਿ ਜਾਂਦਾ, ਪਰ ਦੌਰ ਜਿਹੜਾ ਪੁਰਾਣਾ ਦੌਰ ਰਿਟਰਨ ਹੋ ਰਿਹਾ ਜਿਹੜਾ, ਹੁਣ ਟਾਈਮ ਫੇਰ ਆ ਗਿਆ ਪੁਰਾਣੇ ਬੰਦਿਆਂ। ਤੇ ਮੈਂ ਇੱਕ ਗਾਣਾ ਹੋਰ ਕੀਤਾ ਆ ਜੀ, ਉਹ ਮੈਂ ਉਹਦੀ ਵੀਡੀਓ ਵਧੀਆ ਕਰੂੰਗਾ, ਆਪਣੇ ਧੀਆਂ ਲਈ ਆ ਜੀ, ਆਪਣੇ ਮਾਪਿਆਂ ਦੇ ਲਈ ਗਾਣਾ ਆ, ਹੈ ਨਾ, ਆਪਣੇ ਜਿਹੜੇ ਉਹ ਸਾਰੇ ਥਾਵਾਂ 'ਤੇ ਅਸੀਂ ਇੱਕੋ ਗਾਣਾ ਥੋੜ੍ਹਾ ਗਾਈ ਜਾਣਾ ਨਾ, ਘਰਾਂ ਦੇ ਵਿੱਚ ਮਹਿਫਲਾਂ ਹੁੰਦੀਆਂ, ਸਾਨੂੰ ਲੋਕ ਬੁਲਾਉਂਦੇ ਆ, ਬਹੁਤ ਪਿਆਰ ਕਰਦੇ ਆ, ਉਹ ਗਾਣਾ ਕੀਤਾ। ਕੋਈ ਛੰਨਾ ਏ ਕਿਉਂ ਵਰਗਾ, ਕੋਈ ਛੰਨਾ ਏ ਕਿਉਂ ਵਰਗਾ, ਹੋ ਦੁਨੀਆ 'ਤੇ ਲੱਖ ਰਿਸ਼ਤੇ, ਕੋਈ ਰਿਸ਼ਤਾ ਨਹੀਂ ਪਿਓ ਵਰਗਾ, 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 ਕੋਈ ਲੰਮੀਆਂ ਰਾਵਾਂ ਨੇ, ਕੋਈ ਲੰਮੀਆਂ ਰਾਵਾਂ ਨੇ, ਹੋ ਸੁਖੀ ਮੇਰੀ ਭੈਣ ਵਸੇ, ਜੱਗ ਜਿਉਂਦੀਆਂ ਮਾਵਾਂ ਨੇ, ਜੱਗ ਜਿਉਂਦੀਆਂ ਮਾਵਾਂ ਨੇ, ਹੋ ਸੁਖੀ ਮੇਰੀ ਭੈਣ ਵਸੇ, ਜੱਗ ਜਿਉਂਦੀਆਂ ਮਾਵਾਂ ਨੇ, ਜੱਗ ਜਿਉਂਦੀਆਂ ਮਾਵਾਂ ਨੇ। ਮਾਵਾਂ ਦਾ ਦਰਜਾ ਉੱਚਾ ਹੁੰਦਾ ਬਈ ਜੀ, ਜਿਹਨਾਂ ਨੇ ਸਾਨੂੰ ਇਹ ਦੁਨੀਆਂ ਦਿਖਾਲੀ ਆ, ਤੁਹਾਡੇ ਤੱਕ ਪਹੁੰਚੇ ਆ, ਮਾਈਕਾਂ ਦੇ ਵਿੱਚ ਗਾਉਣ ਲੱਗੇ ਹਾਂ, ਉਹਦਾ ਵੀ ਧੰਨਵਾਦ ਸਾਡੀ ਮਾਂ ਦਾ। ਮੇਰੀ ਨਵੀਂ ਕਿਤਾਬ ਆ ਰਹੀ ਹੈ, 9ਵੀਂ ਕਿਤਾਬ ਮੇਰੀ ਆ ਰਹੀ ਹੈ ਜਿਹੜੀ ਮੈਂ ਲੜੀ ਸ਼ੁਰੂ ਕੀਤੀ ਹੈ ਨਹੀਂ ਉਹ ਲੱਭਣੇ ਲਾਲ ਗਵਾਚੇ, ਅਤੇ ਉਸ ਲੜੀ ਅਧੀਨ ਮੇਰੀ 9ਵੀਂ ਕਿਤਾਬ ਹੁਣ ਮੈਂ ਅਗਲੇ ਮਹੀਨੇ ਰਿਲੀਜ਼ ਕਰਨੀ ਹੈ, ਮੁਹੰਮਦ ਰਫੀ ਸਾਹਿਬ 'ਤੇ ਕਿਤਾਬ ਆ, ਅਤੇ ਜੀਵਨੀਆਂ ਲਿਖੀਆਂ ਸਾਰੀਆਂ, ਨੁਸਰਤ ਸਾਹਿਬ ਦੀ ਜੀਵਨੀ ਲਿਖੀ ਹੈ ਮੈਂ, ਔਰ ਰੇਸ਼ਮਾ ਦੀ ਲਿਖੀ ਹੈ, ਰੇਸ਼ਮਾ 'ਤੇ ਤੁਸੀਂ ਦੇਖੋ ਸਿੱਧੂ ਸਾਹਿਬ, ਰੇਸ਼ਮਾ 'ਤੇ ਹਿੰਦੁਸਤਾਨ ਦਾ ਜਦੋਂ ਹੁਣ ਪਾਰਟੀਸ਼ਨ ਹੋ ਗਿਆ ਆਪਣਾ, ਚੜ੍ਹਦਾ ਪੰਜਾਬ ਲਹਿੰਦਾ ਪੰਜਾਬ ਬਣ ਗਿਆ, ਪਾਕਿਸਤਾਨ 'ਚ ਵੀ ਰੇਸ਼ਮਾ 'ਤੇ ਕੋਈ ਕੰਮ ਨਹੀਂ ਹੋਇਆ, ਰੇਸ਼ਮਾ ਮਾਈ ਰੇਸ਼ਮਾ 'ਤੇ ਨਾ, ਉੱਥੇ ਵੀ ਉਹਨਾਂ 'ਤੇ ਕੋਈ ਕਿਤਾਬ ਨਹੀਂ ਛਪੀ ਹੈਗੀ, ਔਰ ਪਹਿਲੀ ਵਰਲਡ ਦੀ ਜਿਹੜੀ ਪਹਿਲੀ ਕਿਤਾਬ ਮੈਂ ਲਿਖੀ ਹੈ ਰੇਸ਼ਮਾ 'ਤੇ, ਬਹੁਤ ਹੀ ਉਹਨਾਂ ਦੀ ਜੀਵਨੀ, ਅਤੇ ਉਹਨਾਂ ਦੇ ਬੱਚਿਆਂ ਕੋਲੋਂ, ਉਹਨਾਂ ਦੇ ਬੇਟੇ ਆ, 2 ਬੈਂਕ ਦੇ ਵਿੱਚ ਮੈਨੇਜਰ ਨੇ ਉਹ, ਹਾਂਜੀ ਸਾਵਨ ਭਾਦੋ ਉਹਨਾਂ ਨਾਂ ਜੀ, ਸਾਵਨ ਭਾਦੋ, ਹਾਂਜੀ ਯਾਰ ਬੜੇ ਬਾਬੇ ਗਵਈਏ ਆ, ਤੋਂ ਮੈਂ ਸਾਰੀ ਜਾਣਕਾਰੀ ਲੈ ਕੇ ਤਾਂ ਮੈਂ ਇਹ ਕਿਤਾਬ ਲਿਖੀ ਹੈ, ਅਤੇ ਉਸ ਕਿਤਾਬ ਦੇ ਵਿੱਚ ਮੇਰੇ ਇੱਕ ਬੜੇ ਹੀ ਵੱਡੇ ਭਾਈ ਸਾਹਿਬ ਨੇ, ਔਰ ਬੋਲੀਵੁੱਡ ਦੇ
ਇੱਕ ਮਜੇ ਹੋਏ ਐਕਟਰ ਨੇ ਅਵਤਾਰ ਗਿੱਲ ਸਾਹਿਬ ਜੀ, ਹਾਂਜੀ ਹੈ ਨਾ, ਬਹੁਤ ਵਧੀਆ ਐਕਟਰ ਨੇ ਉਹ ਮੇਰੇ, ਹਾਂਜੀ ਥੀਏਟਰ ਦੇ ਆਰਟਿਸਟ ਹੈਗੇ ਬਹੁਤ ਵਧੀਆ ਜੀ। ਤੇ ਮੇਰੀ ਉਸ ਕਿਤਾਬ ਦੇ ਵਿੱਚ ਸ਼ੰਕਰ ਭਾਜੀ ਉਹਨਾਂ ਨੇ ਮੁੱਖਬੰਧ ਲਿਖਿਆ ਹੈ। ਅੱਛਾ। ਤੇ ਉਹ ਮੁੱਖਬੰਧ 'ਚ ਮੈਨੂੰ ਲਿਖ ਕੇ ਭੇਜਦੇ ਨੇ ਭਈ ਭਈ ਮੁਹੰਮਦ ਰਫੀ ਸਾਹਿਬ ਕਦੀ ਪੈਦਾ ਨਹੀਂ ਹੋ ਸਕਦਾ। ਜਿਹੜਾ ਨਾ ਬੰਦਾ ਇੱਕ ਵਾਰੀ ਦੁਨੀਆਂ ਤੇ ਮਤਲਬ ਥੰਮ ਬਣ ਗਿਆ, ਨੁਸਰ ਸਾਹਿਬ ਨੀ ਬਣ ਸਕਦਾ ਕੋਈ। ਸਾਡੇ ਇੰਡੀਆ ਦੇ ਵਿੱਚ ਇੰਨੇ ਵਧੀਆ ਲਤਾ ਜੀ ਨੀ ਬਣ ਸਕਦੇ ਕੋਈ, ਮੁਹੰਮਦ ਰਫੀ ਸਾਹਿਬ ਨੀ ਬਣ ਸਕਦੇ। ਕਿੱਦਾਂ ਕਿੱਦਾਂ ਦੇ ਗਵੱਈਏ ਹੋਏ ਆ ਕਿ ਜਿਨ੍ਹਾਂ ਦਾ, ਜਿੱਦਾਂ ਹੁਣ ਮੈਂ ਰੇਸ਼ਮਾ ਜੀ ਨੂੰ ਸੁਣਦਾ ਰਿਹਾ, ਉਹ ਜਦੋਂ ਤੁਸੀਂ ਕਰਤਾਬ ਵੀ ਦਿੱਤੀ, ਉਹ ਤੋਂ ਪਹਿਲਾਂ ਵੀ ਆਪਾਂ ਕੈਸਟਾਂ ਦੀ ਦੁਕਾਨ ਹੁੰਦੀ ਸੀ ਆਪਣੇ ਉੱਥੇ ਉਰਲੇ ਪਾਸੇ, ਉਹਨੇ ਹਾਇਓ ਰੱਬਾ ਨਹੀਂ ਉਹ ਲੱਗਦਾ ਦਿਲ ਮੇਰਾ, ਮੈਂ ਕਦੀ ਕਦੀ ਕੈਸੀ ਕੈਸਾ ਸੋਚ ਉਹਨਾਂ ਦੇ ਗਲੇ 'ਚ, ਕਿੰਨੀ ਆਵਾਜ਼ ਚੰਗੀ ਹੈ ਨਾ ਜੀ। ਠੀਕ ਆ, ਗਾਉਂਦੇ ਸਾਰੇ ਵਧੀਆ, ਪਰ ਸੁਰ ਨੂੰ ਸੰਭਾਲਣਾ ਬੜਾ ਬਹੁਤ ਔਖਾ, ਬਹੁਤ ਸੁਰ ਨੂੰ ਸੰਭਾਲਣਾ ਬਹੁਤ ਔਖਾ। ਮੈਨੂੰ ਕਦੀ ਕਦੀ ਇੱਦਾਂ ਲੱਗਦਾ ਹੁੰਦਾ ਵੀ ਕੋਈ ਜਿਹੜੇ ਦੁਨੀਆਂ ਦੇ ਲੋਕ ਆਉਂਦੇ ਹਿੱਟ ਹੁੰਦੇ ਨਾ, ਉਹ ਕੁਝ ਸੈਕਿੰਡ ਦੀ ਗੱਲਬਾਤ ਹੁੰਦੀ ਉਹਨਾਂ ਦੀ ਬਸ, ਜਾਂ ਮਿੰਟ ਦੀ ਹੁੰਦੀ ਗੱਲਬਾਤ, ਉਸ ਇੱਕ ਮਿੰਟ ਨੇ ਹੀ ਸਾਰੀ ਉਹਨਾਂ ਦੀ ਜ਼ਿੰਦਗੀ ਬਦਲ ਦਿੰਦੀ ਆ, ਔਰ ਉਹ ਇੱਕ ਮਿੰਟ ਹੀ ਇੱਦਾਂ ਹੁੰਦਾ ਮਤਲਬ ਜਿਹੜਾ ਅਮਰ ਕਰ ਦਿੰਦਾ। ਹੁਣ ਰੇਸ਼ਮਾ ਜੀ ਦਾ ਉਹੀ ਆ, ਲੰਬੀ ਜੁਦਾਈ ਹੈ ਨਾ ਜੀ, ਔਰ ਉਹ ਪੰਜਾਬੀ ਜਿੱਥੇ ਬੈਠਾ ਆ ਉਸ ਕੋਨੇ 'ਚ ਉਹ ਸੁਣ ਰਿਹਾ ਲੰਬੀ ਜੁਦਾਈ, ਔਰ ਉਹਨੂੰ ਲੰਬੀ ਜੁਦਾਈ ਸੁਣਾ ਦਿਓ, ਕਹੂਗਾ ਵੀ ਰੇਸ਼ਮਾ ਜੀ। ਹੁਣ ਜਾਂ ਇੱਕ ਹੋਰ ਹੈਗਾ ਗੱਬਰ ਸਿੰਘ ਜਿਹੜਾ ਸੀਗਾ ਅਮਜਦ ਖਾਨ ਛੋਲੇ ਫਿਲਮ ਵਾਲਾ, ਤਾਂ ਉਹ ਮੈਨੂੰ ਕਦੀ ਕਦੀ ਲੱਗਦਾ ਹੁੰਦਾ ਕਿ ਉਹ ਸਿਰਫ ਇੰਨਾ ਕਹਿਣ ਆਇਆ ਸੀ ਸਾਂਭਾ ਕਿਤਨੇ ਆਦਮੀ ਸੀ, ਉਹੀ ਹਿੱਟ ਹੈ ਜੀ। ਹੁਣ ਬੱਗੇ ਬੱਗੇ ਬੈਲ ਆ ਗਾਣਾ, ਬੱਗੇ ਬੱਗੇ ਬੈਲ ਦੁਨੀਆਂ ਤੇ ਪਤਾ ਨੀ ਏਦਾਂ ਕਿ ਫਿਲਮ ਇੰਡਸਟਰੀ 'ਚ ਵੀ ਚੱਲਾ ਲੋਕ ਚਲਾਉਂਦੇ ਆ, ਗਾਉਂਦੇ ਆ, ਨੱਚਦੇ ਆ, ਠੀਕ ਆ। ਕਈ ਵਾਰ ਘਰ 'ਚ ਗੰਗਾ ਹੁੰਦੀ ਆ, ਪਛਾਣਦੇ ਨੀ ਜੀ, ਬਿਲਕੁਲ ਹੋ ਜਾਂਦਾ ਕਈ ਵਾਰੀ ਏਦਾਂ ਜੀ, ਕਿ ਉਹ ਗਾਣਾ ਬਹੁਤ ਵੱਡਾ ਸੀ, ਮਾਲਕ ਦੀ ਕਿਰਪਾ ਨਾਲ ਉਹਨੂੰ ਰੰਗ ਭਾਗ ਲੱਗ ਗਏ ਆ ਜੀ, ਹੈ ਨਾ, ਹਾਂਜੀ। ਅਤੇ ਉਹਦੇ ਵਰਗਾ ਗਾਣਾ ਨਹੀਂ ਦੇ ਸਕਿਆ ਮੈਂ, ਹੋਰ ਪਤਾ ਨਹੀਂ ਕਿੰਨੇ ਕੁ ਗਾਣੇ ਮੈਂ ਕਰ ਦਿੱਤੇ ਆ, ਮੈਨੂੰ ਨਹੀਂ ਪਤਾ, ਮੈਂ ਹਾਲੇ ਤੱਕ ਮੈਨੂੰ ਵੀ ਨਹੀਂ ਚੇਤਾ ਆਉਣਾ ਜਿਹੜਾ ਗਾਣਾ ਆਇਆ ਚਲੇ ਗਿਆ, ਜਿਹੜਾ ਆਉਣਾ ਆਇਆ ਚਲੇ ਗਿਆ, ਉਹ ਸਾਨੂੰ ਵੀ ਨਹੀਂ ਪਤਾ ਕਿਹੜਾ ਗਾਣਾ ਹਿੱਟ ਹੋਣਾ ਜੀ। ਹੁਣ ਆਪਣੇ ਵੱਲੋਂ ਤਾਂ ਜ਼ੋਰ ਲਾ ਰਹੇ ਹਾਂ ਦੁਬਾਰਾ, ਮੈਂ ਬੇਨਤੀ ਕਰਦਾ ਸਰੋਤਿਆਂ ਨੂੰ ਬਈ ਜਿੱਦਾਂ ਬੱਗੇ ਬੱਗੇ ਬੈਲ ਨੂੰ ਤੁਸੀਂ ਚਲਾਇਆ, ਹੁਣ ਸੱਪਣੀ ਗਾਣਾ ਆਉਣਾ ਆ, ਵਾਂਗ ਸੱਪਣੀ ਦੇ ਅੱਖਾਂ ਨਾਲ ਫਿਰੇ ਡੰਗਦੀ, ਉਹਨੂੰ ਤੁਸੀਂ ਜ਼ਰੂਰ ਡੀਜੇ 'ਤੇ ਵਜਾਉਣਾ। ਦੇਖੋ ਸਾਨੂੰ ਇੰਨਾ ਹੀ ਬੜਾ ਚਾਅ ਹੁੰਦਾ, ਸਾਨੂੰ ਇੰਨਾ ਬੜਾ ਸਵਾਬ ਹੋਣਾ ਕਿ ਸਾਡਾ ਕੋਈ ਇਹ ਗਾਣਾ ਚੱਲ ਗਿਆ। ਨਹੀਂ, ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਨੇ ਜੀ। ਥੈਂਕ ਯੂ ਸੋ ਮਚ। ਤੁਹਾਡਾ ਅਸੀਂ ਤਾਂ ਕਹਿੰਦੇ ਵੀ ਤੁਹਾਡਾ ਗਾਣਾ ਇਹ 24 ਘੰਟੇ ਵੱਜਦਾ ਰਹੇ ਜੀ। ਮਿਹਰਬਾਨੀ ਮਿਹਰਬਾਨੀ। ਅਤੇ ਮੈਂ RT9 ਦਾ ਨਿਊਜ਼ ਤੁਹਾਡੇ ਚੈਨਲ ਦਾ ਜੀ, ਔਰ ਬੈਂਸ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਜੀ ਜੀ, ਕਿ ਤੁਸੀਂ ਅੱਜ ਮੈਨੂੰ ਚੰਡੀਗੜ੍ਹ ਬੁਲਾ ਕੇ ਮੇਰੀ ਇੰਟਰਵਿਊ ਕੀਤੀ, ਮੇਰੇ ਨਾਲ ਗੱਲਾਂ ਕੀਤੀਆਂ, ਮੈਨੂੰ ਬੜੀਆਂ ਪੁਰਾਣੀਆਂ ਗੱਲਾਂ ਚੇਤੇ ਆ ਰਹੀਆਂ। ਵਾਹ ਵਾਹ। ਅਤੇ ਅੱਜ ਬੜੇ ਨਜ਼ਾਰੇ ਆਏ ਆ ਤੁਹਾਡੇ ਨਾਲ ਗੱਲਾਂ ਕਰਕੇ, ਚਾਹ ਵੀ ਸਾਂਝੀ ਹੋਈ ਆ। ਬਿਲਕੁਲ। ਸਾਡਾ ਭਰਾ ਸਿੱਧੂ ਬਾਈ ਵੀ ਇੱਥੇ ਇਕੱਠੇ ਰਹਿੰਦੇ, ਤੁਸੀਂ ਤਾਂ ਲਾਗੇ ਲਾਗੇ ਰਹਿੰਦੇ ਆ, ਮੈਂ ਦੂਰ ਰਹਿੰਦਾ, ਪਰ ਇੱਕ ਵਾਰੀ ਮੈਂ ਵੀ ਚੰਡੀਗੜ੍ਹ ਆਉਣਾ ਚਾਹੁੰਦਾ, ਮੇਰਾ ਗਾਣਾ ਹਿੱਟ ਕਰ ਦਿਓ, ਮੈਂ ਚੰਡੀਗੜ੍ਹ ਆ ਜਾਣਾ ਫਿਰ। ਗਾਣਾ ਹਿੱਟ ਹੋ ਗਿਆ ਤੁਹਾਡਾ ਸਮਝੋ। ਆਹੋ, ਤੁਹਾਡੇ ਹੱਥ ਹੀ ਆ ਸਾਰਾ ਕੁਛ, ਮਹਾਤਮਾ ਦੇ ਹੱਥ ਹੈ, ਪਰ ਯਾਰਾਂ ਦੋਸਤਾਂ ਦੇ ਜ਼ਿਆਦਾ ਜੀ, ਸੱਜੀਆਂ ਖੱਬੀਆਂ ਬਾਹਾਂ ਆ, ਪਰਵਾਂ ਤੁਸੀਂ ਕਈ ਵਾਰੀ ਅਸੀਂ ਉੱਡਦੇ ਆਸਰੇ ਤੇਰੇ, ਸਾਡੇ ਤਾਂ ਗੁਰਭਾਈ ਆ ਜੀ, ਸਾਨੂੰ ਤਾਂ ਉਦਾਂ ਜਿੱਦਾਂ ਅਸੀਂ ਤੁਹਾਨੂੰ ਮਿਲਦੇ ਉਦਾਂ ਉਹਨਾਂ ਨੂੰ ਮਿਲਣਾ, ਅਸੀਂ ਤਾਂ ਸਟਾਰ ਨਹੀਂ, ਅਸੀਂ ਇੱਕ ਕਲਾਸ ਦੇ ਹਾਂ, ਅਸੀਂ ਇਹ ਥੋੜਾ ਕਿਹੜਾ ਗਿਆ ਜੀ, ਸਾਡੇ 'ਚ ਫਾਰਮੈਲਿਟੀ ਕੋਈ ਨਹੀਂ ਨਾ ਹੈਗੀ, ਸਾਡੇ ਯਾਰਾਂ 'ਚ ਆਪਾਂ ਜਿਹੜੇ ਇਕੱਠੇ ਆ ਤਾਂ ਉਦਾਂ ਹੀ ਆ, ਭਰਾ ਆ ਆਪਣੇ, ਯੁੱਗ ਯੁੱਗ ਜੀਣ। ਮਾਲਕ ਨੇ ਸਭ ਨੂੰ
ਆਪਣੇ ਆਪਣੇ ਭਾਗ ਲਾਏ ਆ, ਤੁਹਾਨੂੰ ਆਪਣੇ ਚੈਨਲ 'ਤੇ ਭਾਗ ਲਾਇਆ, ਤੁਹਾਡਾ ਆਪਣਾ ਮੀਡੀਆ ਵਿੱਚ ਨਾਂ ਬਹੁਤ, ਉੱਦਾਂ ਤੁਹਾਡਾ ਨਾਂ ਦੁਨੀਆਂ 'ਤੇ ਬਥੇਰਾ ਹੈ ਜੀ, ਤੁਸੀਂ ਲਿਖਦੇ ਬਹੁਤ ਅੱਛਾ ਆ, ਪਰ ਤੱਤੀਆਂ ਹਵਾਵਾਂ ਕੋਲੋਂ ਬਚ ਕੇ ਰਹੇ, ਹੈ ਨਾ, ਤੱਤੀਆਂ ਹਵਾਵਾਂ ਬੜੀਆਂ ਦੁਨੀਆਂ 'ਤੇ ਚੱਲਦੀਆਂ, ਬਿਲਕੁਲ ਬਚ ਕੇ ਮਾਲਕ ਬਸ ਇੱਦਾਂ ਰਹੇ, ਠੀਕ ਹੈ। ਬਹੁਤ ਬਹੁਤ ਧੰਨਵਾਦ ਸ਼ੰਕਰ ਭਾਅ ਜੀ, ਥੈਂਕ ਯੂ, ਮੇਰੇ ਆਰ ਐਂਡ ਡੀ ਦੀ ਵੀਡੀਓ ਆਈ ਅਸੀਂ ਤੁਹਾਡਾ ਚਾਹ ਪੀਤੀ ਔਰ ਦਿਲ ਖੁੱਲ੍ਹ ਗੱਲਾਂ ਸਾਡੇ ਹੋਈਆਂ, ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ, ਜੇ ਕੋਈ ਗਲਤੀ ਹੋ ਜਾਵੇ ਤਾਂ ਤੁਸੀਂ ਕੱਟ ਲਿਓ ਭਾਈ, ਮਾਫ਼ ਕਰ ਦਿਓ, ਮਿਹਰਬਾਨੀ, ਸ਼ੁਕਰੀਆ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ।